ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਅਦਬ ਸਤਿਕਾਰ ਸਹਿਤ ਗੱਜ ਕੇ ਕਹੋ ਜੀ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਜਿਹੜੇ ਸਿੱਖ ਪਿਆਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਲੈਂਦੇ ਆ ਉਹਨਾਂ ਦੇ ਵਿੱਚ ਚੰਗੀ ਮਤ ਜਿਹੜੀ ਹੈ ਉਹ ਆਪੇ ਹੀ ਪ੍ਰਕਾਸ਼ ਹੋਣ ਲੱਗ ਪੈਂਦੀ ਹੈ ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸੋ ਮਹਾਰਾਜ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਬੜੇ ਪਿਆਰ ਨਾਲ ਸਰਵਣ ਕਰ ਰਹੇ ਹੋ ਜਿੱਥੇ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਬੈਠੇ ਹੋ ਉਥੇ ਇੰਗਲੈਂਡ ਤੋਂ ਸਾਡੇ ਸਤਕਾਰਯੋਗ ਭਾਈ ਸੰਤੋਖ ਸਿੰਘ ਜੀ ਬੀਬੀ ਮਹਿੰਦਰ ਕੌਰ ਜੀ ਉਹ ਵੀ ਬੜੇ ਪਿਆਰ ਦੇ ਨਾਲ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੈਠੇ ਹਨ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਸਾਡੇ ਸਾਰਿਆਂ ਦੀ ਜ਼ਿੰਦਗੀ ਗੁਰੂ ਜੀ ਦੇ ਗੁਣ ਗਾਉਂਦਿਆਂ ਲੰਗੇ ਸੇਵਾ ਕਰਦੇ ਆ ਸਿਮਰਨ ਕਰਦੇ ਆ ਸੰਗਤ ਕਰਦੇ ਆ ਲੰਘ ਜਾਵੇ ਸਫਲ ਹੋ ਜਾਵੇ ਮਹਾਰਾਜ ਸਾਡੇ ਸਾਰਿਆਂ ਤੇ ਐਸੀ ਕਿਰਪਾ ਕਰਨ ਦੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਗਏ ਉਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਗੋਇੰਦਵਾਲ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਤੇ ਅਨਸਬੰਸ ਪੱਲਾ ਪਰਿਵਾਰ ਰਹਿੰਦਾ ਹੈ ਜੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਣ ਆਵੇ ਭਲੇ ਪਰਿਵਾਰ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੇਨਤੀ ਕੀਤੀ ਸੱਚੇ ਵਾਹਿਗੁਰੂ ਗੁਰੂ ਅਰਗੁਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਸੀਂ ਸਾਰੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਤੁਸੀਂ ਸਦਾ ਵਾਸਤੇ ਇੱਥੇ ਹੀ ਰਹੋ ਸਾਡੀ ਇੱਛਾ ਹੈ ਤੁਸੀਂ ਗੋਇੰਦਵਾਲ ਸਾਹਿਬ ਰਹੋ ਅਸੀਂ ਸੇਵਕ ਬਣ ਕੇ ਤੁਹਾਡੀ ਸੇਵਾ ਕਰਾਂਗੇ ਮਹਾਰਾਜ ਕਹਿਣ ਲੱਗੇ ਇਹ ਥਾਂ ਬੜੀ ਵੱਡੀ ਹੈ ਇਹ ਥਾਂ ਬੜੀ ਭਾਗਾ ਵਾਲੀ ਹੈ ਇਥੇ ਅਸਥਾਨ ਤੇ ਸਾਡੇ ਵੱਡਿਆਂ ਨੇ ਸੇਵਾ ਕਰਕੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਜੀ ਸਾਡਾ ਖੁਦ ਦਾ ਜੀ ਕਰਦਾ ਅਸੀਂ ਗੋਇੰਦਵਾਲ ਸਾਹਿਬ ਰਹਿ ਕੇ ਤੇ ਸੇਵਾ ਕਰੀਏ ਮੈਂ ਕੱਲ ਵੀ ਇੱਕ ਆਪ ਜੀ ਦੇ ਸਾਰਿਆਂ ਦੇ ਚਰਣਾ ਚ ਬੇਨਤੀ ਕੀਤੀ ਸੀ ਜਿਸ ਅਸਥਾਨ ਤੋਂ ਕਿਰਪਾ ਹੋਈ ਹੋਵੇ ਨਾ ਜੀ ਉਸ ਅਸਥਾਨ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਚੇਤੇ ਰੱਖਣਾ ਚਾਹੀਦਾ ਜੀ ਹਾਂਜੀ ਗੁਰੂ ਹਰਗੋਬਿੰਦ ਸਾਹਿਬ ਅਜੇ ਕੀ ਗੁਰੂ ਨੇ ਮਾਲਕ ਨੇ ਫਿਰ ਵੀ ਕਹਿਣ ਲੱਗੇ ਅਸੀਂ ਗੋਇੰਦਵਾਲ ਸਾਹਿਬ ਦਾ ਬੜਾ ਸਤਿਕਾਰ ਕਰਦੇ ਹਾਂ ਆਖੋ ਸ੍ਰੀ ਵਾਹਿਗੁਰੂ ਫਿਰ ਕਹੋ ਵਾਹਿਗੁਰੂ ਅਸੀਂ ਗੋਇੰਦਵਾਲ ਸਾਹਿਬ ਦਾ ਬੜਾ ਹੀ ਸਤਿਕਾਰ ਕਰਦੇ ਹਾਂ ਮਹਾਰਾਜ ਕਹਿਣ ਲੱਗੇ ਪਰ ਸਾਡੇ ਕੋਲ ਫੌਜਾਂ ਨੇ ਤੇ ਫੌਜਾਂ ਵੇਖ ਕੇ ਤੁਰਕਾਂ ਨੇ ਸਾਡੇ ਤੱਕ ਪਹੁੰਚ ਕਰਨੀ ਕਰਨੀ ਹੈ ਅਸੀਂ ਗੋਇੰਦਵਾਲ ਸਾਹਿਬ ਵਿੱਚ ਰਵਾਂਗੇ ਅਦਬ ਨਹੀਂ ਰਹੇਗਾ ਮਹਾਰਾਜ ਕਹਿਣ ਲੱਗੇ ਇਸ ਕਾਰਕ ਤੁਸੀਂ ਸਾਨੂੰ ਛੁੱਟੀ ਦਿਓ ਗੁਰੂ ਜੀ ਦਾ ਪਰਿਵਾਰ ਕੁਝ ਸਮੇਂ ਲਈ ਉੱਥੇ ਰਿਹਾ ਜੀ ਕੁਝ ਸਮੇਂ ਲਈ ਬਾਬਾ ਗੁਰਦਿੱਤਾ ਜੀ ਨੂੰ ਮਹਾਰਾਜ ਨੇ ਆਪਣੇ ਨਾਲ ਲੈ ਲਿਆ ਬਾਕੀ ਬਹੁਤਾ ਪਰਿਵਾਰ ਗੋਇੰਦਵਾਲ ਸਾਹਿਬ ਰਹਿ ਪਿਆ ਜੀ ਤੁਸੀਂ ਉਹ ਵੀ ਕਥਾ ਸੁਣੀ ਜਿਸ ਜਗ੍ਹਾ ਗੁਰੂ ਅਮਰਦਾਸ ਸਾਹਿਬ ਜੀ ਦੇ ਸਰੀਰ ਨੂੰ ਅਗਨ ਭੇਟ ਕੀਤਾ ਗਿਆ ਇੱਕ ਦਿਹਰਾ ਗੁਰੂ ਅਮਰਦਾਸ ਜੀ ਦਾ ਬਣਿਆ ਸੀ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਜਿਹੜਾ ਉਹ ਵੀ ਗੋਇੰਦਵਾਲ ਸਾਹਿਬ ਹੋਇਆ ਇੱਕ ਦਿਹਰਾਓ ਬਣਿਆ ਜੀ ਤੇ ਮਾਤਾ ਪਾਨੀ ਜੀ ਦਾ ਦਿਹਰਾ ਵੀ ਉੱਥੇ ਸੀਗਾ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਸਥਾਨ ਦੇ ਦਰਸ਼ਨ ਕੀਤੇ ਸੇਵਾ ਦੀ ਕਮੀ ਨਜ਼ਰ ਆਈ ਮਹਾਰਾਜ ਜੀ ਨੂੰ ਜੀ ਵਿਠਾ ਪਈਆਂ ਸਨ ਪੱਤੇ ਖਿਲਰੇ ਪਏ ਸੀਗੇ ਮਹਾਰਾਜ ਕਹਿਣ ਲੱਗੇ ਇੱਥੇ ਤਾਂ ਦੇਸੀ ਘਿਓ ਦੀ ਜੋਤ ਲੱਗਣੀ ਚਾਹੀਦੀ ਸੀ ਇੱਥੇ ਸੇਵਾ ਹੋਣੀ ਚਾਹੀਦੀ ਸੀ ਤੁਸੀਂ ਸੇਵਾ ਨਹੀਂ ਕੀਤੀ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਹੁਣ ਇਹ ਸਥਾਨ ਦਰਿਆ ਆਪਣੇ ਵਿੱਚ ਜذب ਕਰ ਲੇਗਾ ਕਹਿਣ ਦਾ ਕਿ ਸੋ ਅੱਜ ਪੰਥ ਕੋਲ ਉਹ ਥਾਵਾਂ ਨਹੀਂ ਆ ਗਈਆਂ ਗੁਰੂ ਰਾਮਦਾਸ ਜੀ ਦਾ ਉਹ ਸਥਾਨ ਜਿੱਥੇ ਮਹਾਰਾਜ ਜੀ ਦੇ ਸਰੀਰ ਦਾ ਸਰੀਰ ਨੂੰ ਅਗਨਪੇਟ ਕੀਤਾ ਗਿਆ ਸੀ ਗੁਰੂ ਅਮਰਦਾਸ ਜੀ ਦਾ ਉਹ ਸਥਾਨ ਜਿੱਥੇ ਅਗਨਪੇਟ ਕੀਤਾ ਗਿਆ ਜਿੱਥੇ ਅੱਜ ਦਰਿਆ ਨਾਲੀ ਉੱਥੇ ਸੀ ਉਹ ਥਾਂ ਜੀ ਤੇ ਹੁਣ ਤੁਸੀਂ ਆਪ ਅੰਦਾਜ਼ਾ ਲਾਓ ਇਸ ਸਮੇਂ ਦੇ ਨਾਲ ਸਾਥ ਸੰਗਤ ਜੀ ਦਰਿਆ ਵੀ ਰਸਤਾ ਬਦਲਦੇ ਰਹਿੰਦੇ ਆ ਜੀ ਹਾਂਜੀ ਅੱਜ ਤੋਂ 60 70 ਸਾਲ ਪਹਿਲਾਂ ਮੈਨੂੰ ਪ੍ਰੇਮੀਆਂ ਬਜ਼ੁਰਗਾਂ ਨੇ ਦੱਸਿਆ ਗੋਇੰਦਵਾਲ ਸਾਹਿਬ ਦਰਬਾਰ ਸਾਹਿਬ ਹੈ ਜਿਹੜਾ ਬਿਲਕੁਲ ਓਰੇ ਲਾਗੋਂ ਦਰਿਆ ਲੰਘਦਾ ਹੁੰਦਾ ਸੀਗਾ ਜੀ ਹਾਂਜੀ ਅੱਜ ਮੇਰੇ ਖਿਆਲ ਨਾਲ ਕਿਲੋਮੀਟਰ ਅੱਗੇ ਚਲੇ ਗਿਆ ਜੀ ਸੋ ਅੱਜ ਉਹ ਥਾਵਾਂ ਨਹੀਂ ਆ ਗਈਆਂ ਜੀ ਓਰੇ ਤੋਂ ਬਾਅਦ ਮਹਾਰਾਜ ਬਹੁਤ ਛੇਤੀ ਘੋੜਾ ਭਜਾਉਂਦੇ ਜੀ ਗੁਰੂ ਸਾਹਿਬ ਪੈਂਦੇ ਖਾਨ ਨਾਲ ਲੜ ਕੇ ਬਹੁਤ ਛੇਤੀ ਘੋੜਾ ਭਜਾਉਂਦੇ ਆ ਕਿਉਂ ਬੀਬੀ ਕੌਲਾ ਜੀ ਦਾ ਅੰਤਮ ਸਮਾ ਆ ਗਿਆ ਜੀ ਉਹ ਮਹਾਰਾਜ ਜੀ ਨੂੰ ਯਾਦ ਕਰੰਦਾ ਹੈ ਅੰਤਮ ਸਮਾ ਆ ਗਿਆ ਸਰੀਰ ਕੋਈ ਬਜ਼ੁਰਗ ਨਹੀਂ ਹੈ ਬੀਬੀ ਕੌਲਾ ਜੀ ਦੀ ਉਮਰ ਹੀ ਥੋੜੀ ਸੀਗੀ ਜੀ ਅੰਤਮ ਸਮਾ ਆ ਗਿਆ ਤੇ ਕੌਲਾ ਜੀ ਦਾ ਸਰੀਰ ਕਮਜ਼ੋਰ ਹੋਇਆ ਪਿਆ ਬਿਮਾਰੀ ਕੋਈ ਐਸੀ ਲੱਗ ਗਈ ਉਤੋਂ ਮਹਾਰਾਜ ਦੇ ਦਰਸ਼ਨ ਹੋ ਜਾਣ ਮਨ ਵਿੱਚ ਇਹ ਇੱਛਾ ਜਾਗ ਪਈ ਜੀ ਕੌਲਾਂ ਜੀ ਬਿਮਾਰ ਪਏ ਹਰ ਸਮੇਂ ਰੋਂਦੇ ਰਹਿੰਦੇ ਆ ਬਿਰਾਗ ਕਰਦੇ ਰਹਿੰਦੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਨ ਹੀ ਮਨ ਵਿੱਚ ਅਰਦਾਸਾਂ ਕਰਦੇ ਆ ਸੱਚੇ ਪਾਤਸ਼ਾਹ ਕਿਰਪਾ ਕਰੋ ਮਰਨ ਤੋਂ ਪਹਿਲਾਂ ਪਹਿਲਾਂ ਇੱਕ ਵਾਰੀ ਆਪਣੇ ਦਰਸ਼ਨ ਦਿਖਾ ਦਿਓ ਇੱਕ ਵਾਰੀ ਮੈਂ ਤੁਹਾਡੇ ਦਰਸ਼ਨ ਕਰਨੇ ਆ ਗੁਰੂ ਹਰਗੋਬਿੰਦ ਸਾਹਿਬ ਭੱਲੇ ਪਰਿਵਾਰ ਨੇ ਬਹੁਤ ਬੇਨਤੀ ਕੀਤੀ ਵੀ ਮਹਾਰਾਜ ਗੋਇੰਦਵਾਲ ਸਾਹਿਬ ਚ ਰਹੋ ਪਰ ਮਹਾਰਾਜ ਨਹੀਂ ਰਹੇ ਜੀ ਕਰਤਾਰਪੁਰ ਸਾਹਿਬ ਆ ਗਏ ਥੰਮ ਸਾਹਿਬ ਗੁਰੂ ਅਰਜਨ ਸਾਹਿਬ ਜੀ ਦਾ ਸਥਾਨ ਉੱਥੇ ਮੱਥਾ ਟੇਕਿਆ ਸੱਚੇ ਪਾਤਸ਼ਾਹ ਨੇ ਹੁਣ ਕੌਲਾ ਜੀ ਦੇ ਕੋਲ ਆਏ ਮੈਂ ਕੱਲ ਇੱਕ ਬੇਨਤੀ ਕੀਤੀ ਸੀ ਗੁਰੂ ਜੀ ਬੀਬੇ ਕੌਲਾ ਦਾ ਅੰਤਮ ਸਮਾ ਸਾਂਭਣ ਵਾਸਤੇ ਆਏ ਜੀ ਸੰਗਤ ਜੀ ਸਾਡੇ ਗੁਰੂ ਜੀ ਬੜੇ ਦਿਯਾਲੂ ਨੇ ਬੜੇ ਕਿਰਪਾਲੂ ਨੇ ਸਿੱਖ ਆਪਣੇ ਗੁਰੂ ਦੀ ਭਗਤੀ ਕਰੇ ਸਿੱਖ ਆਪਣੇ ਗੁਰੂ ਜੀ ਨੂੰ ਯਾਦ ਕਰੇ ਸਿੱਖ ਆਪਣੇ ਗੁਰੂ ਜੀ ਨੂੰ ਅਰਾਧੇ ਗੁਰੂ ਜੀ ਨੂੰ ਧਿਆਵੇ ਗੁਰੂ ਜੀ ਕਮੀ ਨਹੀਂ ਰਹਿਣ ਦਿੰਦੇ ਜੀ ਆਪ ਪਹੁੰਚ ਕੇ ਗੁਰੂ ਜੀ ਉਹਦਾ ਅੰਤਮ ਸਮਾ ਸੰਬੰਧ ਹੈ ਜੀ ਬਹੁਤ ਸਾਰੇ ਗੁਰਸਿੱਖਾਂ ਦਾ ਜੀਵਨ ਪੜਿਆ ਮੈਂ ਜਿੰਨੇ ਕੋ ਮੈਨੂੰ ਬੁੱਧੀ ਹੈ ਜੀ ਬਹੁਤ ਸਾਰੇ ਗੁਰਸਿੱਖਾਂ ਦੀ ਇਹੋ ਹੀ ਆਸ ਰਹੀ ਹੈ कि ਜਦੋਂ ਸਾਡਾ ਅੰਤਮ ਸਮਾ ਆਵੇ ਤੇ ਗੁਰੂ ਜੀ ਸਾਡਾ ਅੰਤਮ ਸਮਾ ਸਾਹਮ ਲੈਣ ਜੀ ਅੰਤਲੇ ਸਵਾਸ ਦੀ ਗੱਲ ਹੈਗੀ ਹੈ ਅੰਤਲੇ ਸਵਾਸ ਕਿਤੇ ਗੁਰੂ ਚੇਤੇ ਆ ਜਾਵੇ ਤੇ ਸਿੱਧੀ ਸੱਚਖੰਡ ਦੀ ਟਿਕਟ ਹੈ ਜੀ ਹਾਂਜੀ ਬਾਣੀ ਦੇ ਅਨੁਸਾਰ ਮੈਂ ਕਹਿ ਰਿਹਾ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਬਦਤ ਤਲੋਚਨ ਤੇ ਨਰ ਮੁਕਤਾ ਪੀਤਾੰਬਰ ਵਕ ਰਿਧੈ ਬਸੈ ਇੱਕ ਮਹਾਂਪੁਰਖ ਬੜਾ ਜਪ ਤਪ ਕਰਨ ਬੜੀ ਭਗਤੀ ਕਰਿਆ ਕਰਨ ਤੇ ਸਾਧ ਸੰਗਤ ਦੀ ਵੈਸ਼ਿਆ ਲੰਗੀ ਉਹ ਕਹਿੰਦੀ ਅਰੇ ਤਪਾ ਕਾਹੇ ਕੋ ਖਪਾ ਅਰੇ ਤਪਾ ਕਾਹੇ ਕੋ ਖਪਾ ਭਾਵ ਦਿਨ ਰਾਤ ਬੈਠਾ ਜਪ ਤਪ ਕਰੀ ਜਾਂਦਾ ਕੀ ਲੋੜ ਹੈ ਗਈ ਇੰਨੀ ਖਪਣ ਦੀ ਨਾਲ ਉਹਨੇ ਕਿਹਾ ਅੰਤੇ ਮਤੇ ਸੋਏ ਗਤੇ ਜੋ ਤਪੀਸ਼ਰ ਤੇਰੇ ਅੰਤਮ ਸਮੇਂ ਤੇਰਾ ਫੁਰਨਾ ਬਣ ਗਿਆ ਉਹੋ ਹੀ ਤੇਰੀ ਗਤੀ ਹੋਣੀ ਉਹੋ ਜੈ ਤੈਨੂੰ ਸਰੀਰ ਮਿਲਣਾ ਜੀ ਬੜੀਆਂ ਸਾਖੀਆਂ ਨੇ ਜੇ ਮੈਂ ਸਾਖੀਆਂ ਸੁਣਾਉਣ ਲੱਗਾ ਕਥਾ ਰਹਿ ਜਾਣੀ ਐ ਅੰਤਮ ਸਮੇਂ ਜਿਹੋ ਜੀ ਬੰਦੇ ਦੀ ਸੋਚ ਬਣ ਗਈ ਉਹੋ ਜੇ ਸਰੀਰ ਮਿਲਗੇ ਜੀ ਉਹਨਾਂ ਨੂੰ ਜੀ ਹਾਂਜੀ ਇਹ ਬੜਾ ਔਖਾ ਗਮ ਹੈਗਾ ਅੰਤਲੇ ਸਮੇਂ ਵਾਹ ਗੁਰੂ ਦਾ ਚਿੱਤ ਆਉਣਾ ਜੀ ਪਰਮੇਸ਼ਰ ਦਾ ਧਿਆਨ ਆਉਣਾ ਜੀ ਅੰਤੇ ਮਤੇ ਸੋਏ ਗਤੇ ਸਾਧੂ ਕਹਿੰਦਾ ਵੈਸ਼ਿਆ ਸੱਚ ਕਹਿ ਰਹੀ ਹੈ ਤੂੰ ਅੰਤੇ ਮਤੇ ਸੋਏ ਗਤੇ ਕਹਿੰਦੇ ਇਸੇ ਕਰਕੇ ਖਾਤਰਿਆਂ ਅੰਤਮ ਸਮੇ ਮੇਰੀ ਬੁੱਧੀ ਟਿਕਾਣੇ ਰਵੇ ਜੀ ਮੈਨੂੰ ਮੇਰੇ ਗੁਰੂ ਦਾ ਚੇਤਾ ਆਵੇ ਮੈਨੂੰ ਪਰਮੇਸ਼ਰ ਦਾ ਚੇਤਾ ਆਵੇ ਜੀ ਬਹੁਤ ਸਾਰੇ ਗੁਰਸਿੱਖ ਭਾਈ ਮਹਾ ਸਿੰਘ ਜੀ ਦੀ ਕਥਾ ਤੁਸੀਂ 40 ਮੁਕਤੀਆਂ ਦੀ ਸੁਣੀ ਭਾਈ ਮਹਾ ਸਿੰਘ ਕਹਿੰਦੇ ਮੇਰੀ ਇੱਛਾ ਹੀ ਇਹ ਸੀਗੀ ਅੰਤਮ ਸਮੇਂ ਮੈਨੂੰ ਦਰਸ਼ਨ ਹੋ ਜਾਣ ਜੀ ਥੋੜੇ ਦਿਨ ਪਹਿਲਾਂ ਜੰਗ ਦੀ ਕਥਾ ਹੋਈ ਹੈ ਭਾਈ ਮੋਹਣ ਜੀ ਤੇ ਭਾਈ ਗੋਪਾਲਾ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬੜੇ ਖੁਸ਼ ਤੇ ਉਹ ਸਰੀਰ ਤਿਆਗਨ ਦਏ ਜੀ ਹਾਂ ਜੀ ਮਹਾਰਾਜ ਕਹਿੰਦੇ ਮੋਹਣ ਗੋਪਾਲ ਮੰਗ ਲਾ ਕੁਝ ਤੇ ਭਾਈ ਮੋਹਣ ਗੋਪਾਲ ਕਹਿਣ ਲੱਗੇ ਸੱਚੇ ਪਾਤਸ਼ਾਹ ਹੀ ਇਕੱਠੇ ਹੀ ਖੇਡੇਂ ਇਕੱਠੇ ਹੀ ਸੰਗਤ ਕੀਤੀ ਤੇ ਇਕੱਠੇ ਸੇਵਾ ਕਰਦੇ ਰਹੇ ਆ ਸਾਡੇ ਦੋਵਾਂ ਦਾ ਫੁਰਨਾ ਹੀ ਇਹ ਸੀਗਾ ਜਦੋਂ ਅਸੀਂ ਮਰ ਗਏ ਸਾਨੂੰ ਗੁਰੂ ਜੀ ਦੇ ਦਰਸ਼ਨ ਹੋਣ ਜੀ ਹਾਂਜੀ ਮਹਾਰਾਜ ਤੁਹਾਡੇ ਦਰਸ਼ਨ ਹੋਣ ਦੇ ਕੁਝ ਨਹੀਂ ਚਾਹੀਦਾ ਮਹਾਰਾਜ ਕਹਿੰਦੇ ਮੰਗ ਲਓ ਕੁਝ ਅਸੀਂ ਖੁਸ਼ ਹੈਗੇ ਆਂ ਕਹਿੰਦੇ ਮਹਾਰਾਜ ਸਭ ਇੱਛਾਵਾਂ ਪੂਰੀਆਂ ਨੇ ਮਹਾਰਾ ਨੇ ਤੀਜੀ ਵਾਰੀ ਬਚਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ ਮਹਾਰਾ ਕਹਿੰਦੇ ਹਣ ਤੀਜਾ ਬਚਨ ਹੈਗਾ ਕੁਝ ਮੰਗ ਲਓ ਕਹਿਣ ਲੱਗੇ ਉਹ ਕਹਿੰਦੇ ਫਿਰ ਮਹਾਰਾਜ ਜਦੋਂ ਜਦੋਂ ਸਰੀਰ ਧਾਰੀਏ ਤੁਹਾਡੇ ਹੀ ਦਰਸ਼ਨ ਕਰਿਆ ਕਰੀਏ ਤੁਹਾਡੇ ਸਿੱਖ ਬਣੀਏ ਇਹ ਸਾਡੇ ਤੇ ਕਿਰਪਾ ਕਰਦੇ ਹੋ ਸਿੱਖੀ ਬੜੀ ਵੱਡੀ ਖੇਡ ਐ ਬਹੁਤ ਵੱਡੀ ਖੇਡ ਐ ਜੀ ਮੈਨੂੰ ਅੱਜ ਇੱਕ ਗੁਰਸਿੱਖ ਨੇ ਗੱਲ ਸੁਣਾਈ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਗੁਰਸਿੱਖ ਨੇ ਗੱਲ ਕਹੀ 11 ਸਾਲ ਦਾ ਬੱਚਾ ਤੇ ਦਰਬਾਰ ਸਾਹਿਬ ਦੇ ਰਾਗੀਆਂ ਦੇ ਨਾਲ ਸਿੰਘ ਤਬਲਾ ਵਜਾਉਂਦਾ ਟੀ ਉਹ ਉਹਦਾ ਪੁੱਤਰ ਦੋ ਪੁੱਤਰ ਜੀ ਉਹਦੇ 11 ਸਾਲ ਦਾ ਬੱਚਾ ਜੀ ਉਹਦੇ ਸਿਰ ਦੀ ਇੱਕ ਨਾੜੀ ਜਿਹੜੀ ਸੀ ਨਾ ਜੀ ਉਹ ਕੋਈ ਬਲੌਕ ਸੀ ਜਾਂ ਕੋਈ ਇਹੋ ਜੀ ਗੱਲ ਸੀਗੀ ਡਾਕਟਰ ਕਹਿਣ ਲੱਗੇ ਜੀ ਠੀਕ ਹੋ ਜਾਏਗੀ ਸਿਰ ਦੇ ਵਿੱਚ ਚੀਰਾ ਦੇ ਕੇ ਨਾੜੀ ਕੱਢ ਕੇ ਉਹਦੀ ਥਾਂ ਦੂਜੀ ਪਾਉਣੀ ਹੈ ਸੀ ਕੋਈ ਇਹੋ ਜਿਹਾ ਰੋਗ ਸੀਗਾ ਤੇ ਉਹ ਕਹਿਣ ਲੱਗੇ ਵੀ ਜੇ ਤੁਸੀਂ ਚੀਰਾ ਦਿਓਗੇ ਤੇ ਮੇਰੇ ਪੁੱਤ ਦੇ ਫਾਲ ਵੀ ਕਟੋਗੇ ਕਹਿੰਦੇ ਜੀ ਇਹ ਤੇ ਕਟਣੀ ਪੈਣੀ ਹੈ ਉਹ ਕਹਿਣ ਲੱਗਾ ਜਿੰਨੀ ਜ਼ਿੰਦਗੀ ਆ ਠੀਕ ਹੈ ਇਹਦੇ ਕੇਸ ਨਹੀਂ ਕਟਾਉਣੇ ਕਹਿੰਦੇ ਚਲੋ ਠੀਕ ਐ ਚੰਡੀਗੜ੍ਹ ਲੈ ਜਾਓ ਹੋ ਸਕਦਾ ਉੱਥੇ ਉਹ ਡਾਕਟਰ ਕੋਈ ਦੂਜੀ ਵਿਧੀ ਨਾਲ ਕਰ ਦੇਣ ਚੰਡੀਗੜ੍ਹ ਵਾਲੇ ਵੀ ਕਹਿਣ ਲੱਗੇ ਵੀ ਇਸ ਬੱਚੇ ਦੇ ਕੇਸ ਕਟਨੇ ਪੈਣੇ ਹੈ ਮਾਂ ਕਹਿਣ ਲੱਗੀ ਨਹੀਂ ਆਪਾਂ ਅਰਦਾਸ ਕੀਤੀ ਐ ਅਸੀਂ ਗੁਰੂ ਦੇ ਸੇਖਾਂ ਮਰਦਾ ਮਰ ਜਾਵੇ ਰੇ ਕੇਸ ਨਹੀਂ ਕਟਨੇ ਕਹਿੰਦੀ ਥੋੜੇ ਦਿਨ ਪਹਿਨਾ ਉਸ ਬੱਚੇ ਦੀ ਮੌਤ ਹੋਈ ਦੀ ਥੋੜੇ ਦਿਨ ਪਹਿਨਾ ਆਪ ਮਾਂ ਨੇ ਉਹਦੀਆਂ ਲਾਵਾਂ ਪੜੀਆਂ ਕੋੜੀਆਂ ਪੜੀਆਂ ਤੇ ਉਹਨੂੰ ਦਿਮਾਲਾ ਸਜਾਇਆ ਤੇ ਤਿੰਨ ਦਿਨ ਉਹਨੂੰ ਸਰੀਰ ਘਰ ਚ ਰੱਖਿਆ ਜੀ ਬਾਣੀ ਪੜਦੇ ਰਹੇ ਆਪ ਉਹਨੂੰ ਤਿਆਰ ਕਰਕੇ ਆਪ ਇਸ਼ਨਾਨ ਕੀਤਾ ਤੇ ਜਦੋਂ ਮੜੀਆਂ ਦੇ ਵਿੱਚ ਲੈ ਕੇ ਗਏ ਨਾ ਜੀ ਸ਼ਮਸ਼ਾਨ ਘਾਟ ਵਿੱਚ ਤੇ ਆਪ ਮਾ ਨੇ ਪੰਜ ਜਕਾਰੇ ਲਾਏ ਜੀ ਕਹਿੰਦੀ ਮੇਰਾ ਪੁੱਤ ਸਿੱਖੀ ਨਿਭਾ ਗਿਆ ਤੇ ਐਸੇ ਗੁਰਸਿੱਖਾਂ ਨੂੰ ਨਮਸਕਾਰ ਜਿਨ੍ਹਾਂ ਨੇ ਇਹੋ ਜੇ ਫੁਰਨੇ ਅੱਗੇ ਰੱਖੇ ਹੁੰਦੇ ਜੀ ਹਾਂਜੀ ਬੀਬੀ ਕੌਲਾ ਜੀ ਨੇ ਸਿੱਖੀ ਕਮਾਈ ਹੈ ਹੁਣ ਉਹ ਸਿੱਖੀ ਵਿੱਚ ਪਰਪੱਕ ਹੋਏ ਪਏ ਹੈ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਬਚਨ ਕਰਦੇ ਆ ਉਹ ਅੱਜ ਦੇ ਕਥਾ ਵਿੱਚ ਆਪਾਂ ਸਰਵਣ ਕਰਨੇ ਆਖੋ ਸਾਰੇ ਪਿਆਰ ਨਾਲ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਬੀਬੀ ਕੌਲਾ ਜੀ ਹਾਂ ਧੰਨ ਧੰਨ ਬੀਬੀ ਕੌਲਾ ਜੀ ਧੰਨ ਧੰਨ ਬੀਬੀ ਕੌਲਾ ਜੀ ਹਾਂ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਸਾਰੇ ਜੀ ਹਾਂ ਜ ਤਹਾ ਪਰਵੇਸ਼ ਤੁਰਤ ਹੀ ਹੋਏ ਮਹਾਰਾਜ ਥੰਮ ਸਭ ਮੱਥਾ ਟੇਕ ਕੇ ਨਮਸਕਾਰ ਕੀਤੀ ਗੁਰੂ ਅਰਜਨ ਸਾਹਿਬ ਜੀ ਦਾ ਅਸਥਾਨ ਹੈ ਤੇ ਸਤਗੁਰੂ ਜੀ ਨਾ ਜੀ ਫਿਰ ਉਸ ਜਗ੍ਹਾ ਗਏ ਜਿੱਥੇ ਬੀਬੀ ਕੌਲਾਂ ਜੀ ਬਿਮਾਰ ਲੰਮੇ ਪਏ ਨੇ ਜੀ ਹਾਂਜੀ ਕੌਲਾ ਕੌਲ ਨੇਤਰ ਕਰ ਜੋਏ ਤੇ ਕੌਲਾ ਜੀ ਨੇ ਸਾਧ ਸੰਗਤ ਜੀ ਮਹਾਰਾਜ ਦੇ ਦਰਸ਼ਨ ਕੀਤੇ ਪਲੰਘੇ ਦੇ ਉੱਤੇ ਸਨ ਬਿਮਾਰੀ ਦੀ ਹਾਲਤ ਵਿੱਚ ਸਨ ਉੱਠ ਨਹੀਂ ਸੀ ਸਕਦੇ ਜੀ ਹਾਂਜੀ ਉਦਤ ਉਠਣ ਕੋ ਉਠਿਓ ਨਾ ਜਾਈ ਹੁਣ ਤੁਸੀਂ ਇੱਕ ਸਿੱਖ ਹੋਣ ਦੇ ਨਾਤੇ ਸੋਚੋ ਸਿੱਖ ਦੇ ਗੁਰੂ ਜੀ ਆਏ ਹੋਣ ਦੀ ਸਾਹਮਣੇ ਜੀ ਹਾਂ ਜੀ ਆਪਾਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਲੰਗਦੇ ਤੇ ਉੱਠ ਕੇ ਖਲੋ ਜਾਂਦੇ ਸਾਰੇ ਹੱਥ ਜੋੜਦੇ ਸਿਰ ਨਵਾਉਂਦੇ ਮਹਾਰਾਜ ਸਾਹਮਣੇ ਆ ਕੇ ਖਲੋਗੇ ਕੋਲਾਂ ਜੀ ਦੇ ਤੇ ਕੋਲਾਂ ਜੀ ਹੁਣ ਉੱਠਣਾ ਚਾਹੁੰਦੇ ਪਰ ਉੱਠਿਆ ਨਹੀਂ ਜਾਣਦੇ ਆ ਜੀ ਅਵਸਥਾ ਸ਼ਰੀਰ ਦੀ ਇਹੋ ਜੀ ਬਣ ਗਈ ਜੀ ਉੱਠਣਾ ਚਾਹੁੰਦੇ ਐ ਵੀ ਮੈਂ ਉੱਠ ਕੇ ਗੁਰੂ ਜੀ ਦਾ ਸਨਮਾਨ ਕਰਾਂ ਪਰ ਉੱਠਿਆ ਨਹੀਂ ਜਾਣਦੇ ਆ ਜੀ ਹਾਂ ਜੀ ਬੋਲਿਓ ਚਹੈ ਨਾ ਬੋਲ ਮੁਖ ਆਈ ਬੋਲਣਾ ਵੀ ਚਾਹੁੰਦੇ ਆ ਜੀ ਬੀ ਉੱਠ ਕੇ ਬੋਲਾਂ ਸਨਮਾਨ ਕਰਾਂ ਸਿੱਖ ਦਾ ਫਰਜ਼ ਹੀ ਇਹ ਹੈ ਗੁਰੂ ਜੀ ਨੂੰ ਵੇਂਦਿਆਂ ਸਾਰ ਮੱਥਾ ਟੇਕਣਾ ਜੀ ਸਿੱਖ ਦਾ ਫਰਜ਼ ਇਹ ਹੈ ਮਹਾਰਾਜ ਜੀ ਨੂੰ ਨਮਸਕਾਰ ਕਰਨੀ ਬੇਬੀ ਕੌਲਾਂ ਜੀ ਕੋ ਨਾ ਉਠਿਆ ਹੀ ਜਾਣਦੇ ਆ ਤੇ ਨਾ ਬੋਲਿਆ ਜਾਣਦੇ ਆ ਜੀ ਪਦ ਤੇ ਤਾਂ ਰੱਖਿਓ ਸਰੀਰ ਕੁਝ ਨਾ ਕਰੇ ਹਿਰਦਾ ਪੂਰਾ ਹੀ ਕੰਮ ਕਰਦਾ ਬੰਦੇ ਦਾ ਜੀ ਹਾਂਜੀ ਦੁਰਬਲ ਤਨ ਚੋਰ ਚੰਜਰ ਹੋਵਾ ਸਰੀਰ ਬਹੁਤ ਲਿੱਸਾ ਹੋਇਆ ਪਿਆ ਜੀ ਕਮਜ਼ੋਰ ਹੋਇਆ ਪਿਆ ਸਰੀਰ ਜੀ ਹਾਂਜੀ ਪੀਰੋ ਰੰਗ ਬਦਨ ਕੋ ਜੋਵਾ ਤੇ ਸਰੀਰ ਦਾ ਰੰਗ ਪੀਲਾ ਪਿਆ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਾਂਜੀ ਤਤਸ਼ਨ ਟਿਗ ਹਵੇ ਗੁਰੂ ਹਟਾਈ ਬੈਠੇ ਤਿਸ ਟਿਗ ਤੀਰ ਬੰਧਾਈ ਕੌਲਾਂ ਦੀ ਬਹੁਤ ਯਤਨ ਕਰਨਦੇ ਵੀ ਮੈਂ ਉਠਾਂ ਤੇ ਗੁਰੂ ਅਰਬ ਗੋਬਿੰਦ ਸਾਹਿਬ ਜੀ ਦਾ ਸਨਮਾਨ ਕਰਾਂ ਮੈਂ ਮਹਾਰਾਜ ਜੀ ਨੂੰ ਉੱਠ ਕੇ ਆਪ ਮੱਥਾ ਟੇਕਾਂ ਤੇ ਜਦੋਂ ਨਹੀਂ ਨਾ ਉੱਠੋਆ ਗੁਰੂ ਜੀ ਲਾਗੇ ਗਏ ਤੇ ਮਾਤਾ ਕਹਿੰਦੇ ਜਿਸ ਅਵਸਥਾ ਵਿੱਚ ਅਗੇ ਉਸੇ ਅਵਸਥਾ ਚ ਰਹੋ ਕਹਿਣ ਲੱਗੇ। ਹਾਂ ਜੀ ਹਿਰਦੇ ਤੋਂ ਤਾਂ ਸਤਕਾਰ ਪੂਰਾ ਹੋ ਰਿਹਾ ਨਾ ਜੀ। ਹਾਂ ਜੀ। ਕਹਤੇ ਕੇ ਦੇਰ ਮੈਂ ਹਾਥ ਨਿਕਾਰੇ। ਕੁਝ ਸਮਾਂ ਲਾ ਕੇ ਨਾ ਜੀ ਤੇ ਕੌਲਾ ਜੀ ਨੇ ਹੱਥ ਬਾਹਰ ਕੱਢੇ ਜੀ ਆਪਣੇ ਜੀ। ਹਾਂ ਜੀ। ਚਰਨ ਕਮਲ ਪਰਸਤ ਹਿਤ ਧਾਰੇ। ਸਤਗੁਰੂ ਜੀ ਲੱਗੇ ਹੀ ਬੈਠ ਗਏ ਗੁਰੂ ਆਰ ਗੋਬਿੰਦ ਸਾਹਿਬ। ਲੱਗੇ ਬੈਠ ਗਏ ਚੇਤਾ ਰੱਖਿਓ ਪਿਆਰ ਵਾਲਿਆਂ ਵਾਸਤੇ ਗੁਰੂ ਜੀ ਸੱਚੇ ਪਾਤਸ਼ਾਹ ਮਹਾਰ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਜੀ ਉਸੇ ਬਲੰਗੇ ਦੇ ਉੱਤੇ ਬੈਠੇ ਨਹੀਂ ਤੇ ਗੁਰੂ ਜੀ ਵਾਸਤੇ ਆਸਣ ਲੱਗਦਾ ਜੀ ਮਹਾਰਾਜ ਉੱਥੇ ਹੀ ਬੈਠ ਗਏ ਜੀ ਕੌਲਾ ਜੀ ਨੇ ਫਿਰ ਆਪਣਾ ਹੱਥ ਗੁਰੂ ਜੀ ਦੇ ਚਰਨਾਂ ਨੂੰ ਸਪਰਸ਼ ਕੀਤਾ ਜੀ ਹਾਂਜੀ ਬਹੀ ਬਿ ਲੋਚਨ ਤੇਜਲ ਧਾਰਾ ਪਿਆਰ ਹੈ ਜੀ ਸਤਕਾਰ ਹੈ ਜਨਮਾਂ ਜਨਮਾਂ ਦੀ ਭਗਤੀ ਦੀ ਇਹਨਾਂ ਦੀ ਜੀ ਨੇਤਰਾਂ ਵਿੱਚੋਂ ਜਲ ਵਹਿਣ ਲੱਗ ਪਿਆ ਜੀ ਗੁਰੂ ਜੀ ਦੇ ਦਰਸ਼ਨ ਕਰਕੇ ਹਾਂਜੀ ਧਾਰਾ ਤੀਰਜ ਬਾਖ ਉਚਾਰਾ ਹੈ ਬਹੁਤ ਸਾਧ ਸੰਗਤ ਜੀ ਯਤਨ ਕਰਕੇ ਨਾ ਜੀ ਬੜੇ ਤੀਰਜ ਦੇ ਨਾਲ ਕੌਲਾਂ ਦੀ ਬਚਨ ਕਰਨ ਦਏ ਜੀ ਹਾਂਜੀ ਸਭ ਜਾਨਤ ਮਮ ਚਿਤ ਕੀ 제ਤੀ ਕਹਾ ਕਹੋ ਮੈਂ ਤੁਮਰੇ 세ਤੀ ਬਿਮਾਰੀ ਦੀ ਅਵਸਥਾ ਵਿੱਚ ਹੈ ਹਾਲ ਠੀਕ ਨਹੀਂ ਹੈਗਾ ਜੀ ਔਲਾ ਜੀ ਕਹਿਣ ਲੱਗੇ ਮਾਰਾ ਮੈਂ ਹੁਣ ਤੁਹਾਨੂੰ ਕੀ ਦੱਸਾਂ ਕਹਿੰਦੇ ਕੀ ਬੋਲ ਕੇ ਦੱਸਾਂ ਮੇਰੇ ਮਨ ਦੀ ਸਾਰੀ ਗੱਲ ਤੁਸੀਂ ਜਾਣਦੇ ਹੀ ਹੋ ਸਾਰੀ ਗੱਲ ਜਾਣਦੇ ਹੀ ਹੋ ਬੋਲ ਕੇ ਕੀ ਦੱਸਾਂ ਮੈਂ ਤੁਹਾਨੂੰ ਹਾਂਜੀ ਜਾਨ ਦੀਨ ਕੀ ਦਸ਼ਾ ਕਿਰਪਾਲਾ ਹਾਂਜੀ ਆਏ ਦਰਸ ਦੀਨਤ ਇਸ ਕਾਲਾ ਸੱਚੇ ਪਾਤਸ਼ਾਹ ਮੇਰੀ ਗਰੀਬਣੀ ਦੇ ਹਾਲਾਤ ਵੇਖ ਕੇ ਤੁਹੀ ਮੈਨੂੰ ਦਰਸ਼ਨ ਦੇਣ ਵਾਸਤੇ ਆਏ। ਮੈਂ ਫਿਰ ਬੇਮਤੀ ਕਰਾਂ। ਸਭ ਕੁਝ ਛੱਡਿਆ ਕੌਲਾਂ ਜੀ ਨੇ ਜੀ। ਘਰ-ਬਾਰ, ਮਾਤਾ-ਪਿਤਾ ਸਭ ਕੁਝ ਛੱਡ ਕੇ ਸੰਗਤ ਵਿੱਚ ਆ ਕੇ ਜੀ। ਸੰਗਤ ਵਿੱਚ ਆ ਕੇ ਜੀ। ਹਾਂਜੀ। ਕੌਣ ਪ੍ਰਭੂ ਤੁਮ ਬਿਨ ਹੈ ਮੇਰਾ? ਤੇ ਫਿਰ ਹੁਣ ਸੱਚ ਕਹਿੰਦੇ ਜੀ ਅਖੀਰਲੇ ਸਮੇਂ। ਹੇ ਮਹਾਰਾਜ ਤੁਹਾਡੇ ਤੋਂ ਬਿਨਾ ਮੇਰਾ ਹੈ ਹੀ ਕੌਣ ਹੈ ਜੀ? ਕੱਲ ਆਪਾਂ ਪੜ੍ਹੀ ਸੀ ਨਾ ਪੰਕਤੀ ਗੁਰੂ ਬਿਨਾ ਮੈਂ ਨਾਹੀ ਹੋਰ ਸੱਚੇ ਪਾਤਸ਼ਾਹ ਗੁਰੂ ਜੀ ਤੁਹਾਡੇ ਤੋਂ ਬਿਨਾ ਮੇਰਾ ਹੈ ਹੀ ਕੌਣ ਹੈ ਗੁਰੂ ਬਿਨਾ ਮੈਂ ਨਾਹੀ ਹੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਆਲਾਂ ਦੀ ਦੁਖੀ ਹੋਏ ਗੁਰੂ ਜੀ ਨੂੰ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾ ਮੇਰਾ ਹੈ ਹੀ ਹੋਰ ਕੌਣਾਗਾ ਹਾਂਜੀ ਸੋਖ ਦੋਖ ਵਿਖੇ ਅਲੰਬ ਬਡੇਰਾ ਸੱਚੇ ਪਾਤਸ਼ਾਹ ਮੈਨੂੰ ਸੁਖ ਵਿੱਚ ਵੀ ਤੁਹਾਡਾ ਹੀ ਆਸਰਾ ਤੇ ਦੁੱਖ ਵਿੱਚ ਵੀ ਤੁਹਾਡਾ ਹੀ ਆਸਰਾ ਜੀ ਹਾਂਜੀ ਹਰ ਕਾ ਨਾਮ ਦਾਸ ਕੀ ਓਟ ਹਾਂਜੀ ਸਿਮਰਤ ਨਿਸ ਦਿਨ ਨਾਮ ਤੁਮਾਰਾ ਮੈਂ ਦਿਨ ਰਾਤ ਹੀ ਤੁਹਾਨੂੰ ਯਾਦ ਕਰ ਰਹੀ ਸਾਂ ਮਹਾਰਾਜ ਹਾਂਜੀ ਵਿਆਕੁਲ ਬਿਰਹ ਨਕੀਨ ਉਦਾਰਾ ਤੇਬ ਛੋੜੇ ਨੇ ਤੁਹਾਡੇ ਦਰਸ਼ਨਾਂ ਨੇ ਮਰ ਮੈਨੂੰ ਬੜਾ ਵਿਆਕੁਲ ਕੀਤਾ ਹੋਇਆ ਸੀਗਾ ਜੀ ਹਾਂਜੀ ਅਬ ਮੈਂ ਨਿਕਟ ਨਿਹਾਰੂ ਮਰਨਾ ਹਾਂਜੀ ਦੀਨ ਦਰਸਕੀਨ ਬਿਰਹੋ ਹਰਨਾ ਸੱਚੇ ਪਾਤਸ਼ਾਹ ਹੁਣ ਮੈਂ ਤੁਹਾਨੂੰ ਵੇਖ ਲਿਆ ਮੈਨੂੰ ਮਰਨਾ ਸੌਖਾ ਰਹੇਗਾ ਕਹਿਣ ਲੱਗੇ ਨਹੀਂ ਤਾਂ ਇਹੋ ਹੀ ਆਸ ਰਹਿਣੀ ਸੀ ਕਿ ਵੀ ਮਰਦੇ ਸਮੇਂ ਮੈਨੂੰ ਗੁਰੂ ਜੀ ਦੇ ਦਰਸ਼ਨ ਨਹੀਂ ਹੋਏ ਮਰ ਹੁਣ ਮੈਂ ਖੁਸ਼ੀ ਦੇ ਨਾਲ ਸਰੀਰ ਤਿਆਗਾਂਗੀ ਹਾਂਜੀ ਆਬਨਹਿ ਚਿੰਤ ਮਰੋ ਇਸ ਕਾਲਾ ਹੁਣ ਮਰਣੇ ਦੀ ਚਿੰਤਾ ਨਹੀਂ ਮਹਾਰਾਜ ਹੁਣ ਮੈਨੂੰ ਮਰਨ ਦੀ ਕੋਈ ਚਿੰਤਾ ਨਹੀਂ ਹੈਗੀ ਬੜੇ ਲੋਕਾਂ ਨੂੰ ਚਿੰਤਾ ਹੁੰਦੀ ਪਰ ਮੇਰੇ ਲੋ ਸਿੱਖਾਂ ਦਾ ਗੁਰੂ ਜੀ ਨਾਲ ਇੰਨਾ ਪਿਆਰ ਹੈ ਗੁਰੂ ਜੀ ਦੇ ਦਰਸ਼ਨ ਹੋ ਗਏ ਕਹਿੰਦੇ ਹੁਣ ਕੋਈ ਚਿੰਤਾ ਨਹੀਂ ਹੈਗੀ ਸਾਨੂੰ ਹਾਂਜੀ ਪੂਰੀ ਕਾਮਨਾ ਆਨ ਕਿਰਪਾਲਾ ਤੁਸੀਂ ਦਰਸ਼ਨ ਦੇ ਦਿੱਤੇ ਐ ਮੇਰੀ ਕਾਮਨਾ ਪੂਰੀ ਹੋ ਗਈ ਐ ਮਹਾਰਾਜ ਹੁਣ ਨਹੀਂ ਮੈਨੂੰ ਕਿਸੇ ਗੱਲ ਦੀ ਚਿੰਤਾ ਹੁਣ ਨਹੀਂ ਮੈਨੂੰ ਕਿਸੇ ਗੱਲ ਦਾ ਵੀ ਦੁੱਖ ਹੈਗਾ ਕਿੰਨਾ ਸੁੱਖ ਹੋਏਗਾ ਗੁਰੂ ਜੀ ਦੇ ਦਰਸ਼ਨਾ ਵਿੱਚ ਦੀ ਇਹ ਤੇ ਸੰਗਤ ਜੀ ਚਲੋ ਆਪਾਂ ਕਥਾ ਕਰਕੇ ਸੁਣ ਕੇ ਬਚਨ ਸਾਂਝੇ ਕਰ ਸਕਦੇ ਆ ਇਹ ਤੇ ਕੌਲਾ ਜੀ ਨੂੰ ਪਤਾ ਜਿਹੜਾ ਉਹਨਾਂ ਨੂੰ ਸੁੱਖ ਮਿਲ ਰਿਹਾ ਜੀ ਹਾਂਜੀ ਸੋਹਣਾ ਸ੍ਰੀ ਹਰ ਗੋਬਿੰਦ ਵਖਾਨਾ ਧੰਨ ਧੰਨ ਗੁਰੂ ਹਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕੌਲਾ ਜੀ ਦੀ ਗੱਲ ਸੁਣ ਕੇ ਮਹਾਰਾਜ ਗਰੀਬ ਨਿਵਾਜ ਬਚਨ ਕਰਦੇ ਜੀ ਹਾਂਜੀ ਸਮ ਮਰਨ ਕੋ ਤੁਬ ਨੇ ਰਾਨਾ ਮਹਾਰਾਜ ਕਹਿਣ ਲੱਗੇ ਕੌਲਾ ਜੀ ਸਰੀਰ ਛੱਡਣ ਦਾ ਸਮਾਂ ਆ ਗਿਆ ਕਹਿਣ ਲੱਗੇ ਸਮਾਂ ਇਹ ਸਾਰਿਆਂ ਤੇ ਆਉਣਾ ਪਰ ਐਡਾ ਸੁਹਾਵਣਾ ਸਮਾਂ ਨਹੀਂ ਤੇ ਕਿਸੇ ਕੋਲ ਆਉਂਦਾ ਜੀ ਹਾਂਜੀ ਮਹਾਰਾਜ ਕਹਿਣ ਲੱਗੇ ਸਰੀਰ ਛੱਡਣ ਦਾ ਸਮਾਂ ਆ ਗਿਆ ਹਾਂਜੀ ਸਿਮਰਨ ਕਰਿਓ ਬਹੁਤ ਹੀ ਮੇਰਾ ਤੁਸੀਂ ਬਹੁਤ ਹੀ ਸਾਨੂੰ ਯਾਦ ਕੀਤਾ ਮਹਾਰਾਜ ਕਹਿਣ ਲੱਗੇ ਬਹੁਤ ਯਾਦ ਕੀਤਾ ਬੜਾ ਸਿਮਰਨ ਸਿਮਰਨ ਦਾ ਆਖਰੀ ਅਰਥ ਹੀ ਯਾਦ ਕਰਨਾ ਹੈ ਜੀ ਸਿਮਰਨ ਆਪਾਂ ਕਹਿੰਦੇ ਨਾ ਸਿਮਰਨ ਕੀਤਾ ਇੱਕ ਘੰਟਾ ਸਿਮਰਨ ਕੀਤਾ 2 ਘੰਟੇ ਸਿਮਰਨ ਕੀਤਾ ਸਿਮਰਨ ਦਾ ਅਰਥ ਹੀ ਯਾਦ ਕਰਨਾ ਜੀ ਉਹ ਅਸਲ ਤੇ ਜਿਹੜਾ ਅਸੀਂ 1 ਘੰਟਾ ਵਾਹਿਗੁਰੂ ਵਾਹਿਗੁਰੂ ਜਾਪ ਕਰ ਉਹਨੂੰ ਜਾਪ ਕਹਿੰਦੇ ਹੈ ਜੀ ਉਹਨੂੰ ਜਾਪ ਕਹਿੰਦੇ ਹੈ ਸਿਮਰਨ ਨਹੀਂ ਕਹਿੰਦੇ ਜੀ ਜਾਪ ਤੋਂ ਖੁਸ਼ ਹੋ ਕੇ ਮਹਾਰਾ ਸਿਮਰਨ ਦਿੰਦੇ ਜੀ ਹਾਂ ਜੀ ਕਹਿੰਦੇ ਮਹਾਰਾਜ ਕਹਿਣ ਲੱਗੇ ਤੁਸੀਂ ਸਾਨੂੰ ਯਾਦ ਦੀ ਬਹੁਤ ਕੀਤਾ ਜੀ ਹਾਂ ਜੀ ਆਨ ਮਿਲਿਓ ਤੋ ਕੋ ਬਿਨ ਦੇਰਾ ਇਸ ਕਰਕੇ ਸਾਨੂੰ ਆਉਣਾ ਪਿਆ ਮਹਾਰਾਜ ਕਹਿਣ ਲੱਗੇ ਛੇਤੀ ਆਏ ਅਸੀਂ ਤੁਹਾਡੇ ਕੋਲ ਹਾਂਜੀ ਤੋਹੇ ਪ੍ਰੇਮ ਨੇ ਟਿਕਨ ਨ ਦਏ ਸਿੱਖ ਦਾ ਪਿਆਰ ਇੰਨਾ ਵੱਡਾ ਤੇ ਮਹਾਰਾਜ ਕਹਿਣ ਲੱਗੇ ਤੁਹਾਡਾ ਪਿਆਰ ਤੁਹਾਡੇ ਪਿਆਰ ਦੀਆਂ ਖਿੱਚਾਂ ਨੇ ਸਾਨੂੰ ਟਿਕਣ ਨਹੀਂ ਦਿੱਤਾ ਗੋਇੰਦਵਾਲ ਸਾਹਿਬ ਰਹਿਣ ਨਹੀਂ ਦਿੱਤਾ ਜੀ ਹਾਂਜੀ ਯਾ ਤੇ ਸਕਲ ਕਾਜ ਤਜ ਆਏ ਸਾਰੇ ਕੰਮ ਛੱਡ ਕੇ ਤੁਹਾਡੇ ਕੋਲ ਆਏ ਮਹਾਰਾਜ ਕਹਿੰਦੇ ਮਾਣ ਵੀ ਰੱਖਦੇ ਨਾ ਮਹਾਰਾਜ ਹਾਂਜੀ ਚਾਰ ਘਟੀ ਜਬ ਦਿਨ ਰਹਿ ਕਾਲੀ ਹਾਂਜੀ ਤਬ ਤਨ ਤਵ ਪ੍ਰਾਨਨ ਤੇ ਖਾਲੀ ਤੇ ਸੱਚੇ ਪਾਤਸ਼ਾਹ ਨੇ ਫਿਰ ਨਾਲ ਹੀ ਦੱਸਤਾ ਕੱਲ ਨੂੰ ਚਾਰ ਘੜੀਆਂ ਜਦੋਂ ਦਿਨ ਰਹਿ ਜਾਏਗਾ ਭਾਵ ਲਗਭਗ ਸ਼ਾਮਾ ਹੋ ਜਾਣੀ ਹੈ ਜੀ ਸਿਰਫ ਚਾਰ ਘੜੀਆਂ ਦਿਨ ਰਹਿ ਜਾਣਾ ਮਾਰਾ ਕਹਿਣ ਲੱਗੇ ਉਹ ਤੁਸੀਂ ਸਰੀਰ ਛੱਡ ਦੇਵੋਗੇ ਕਹਿਣ ਲੱਗੇ ਆਖੋ ਸ੍ਰੀ ਵਾਹਿਗੁਰੂ ਇਹ ਵੀ ਬੜੀ ਵੱਡੀ ਗੱਲ ਚ ਮੌਤ ਵਾਲਾ ਟਾਈਮ ਬੰਬ ਰੱਬ ਨੇ ਆਪਣੇ ਹੱਥ 'ਚ ਰੱਖਿਆ ਕਿਸ ਨੂੰ ਨਹੀਂ ਦੱਸਦਾ ਜੀ ਤੇ ਵੇਖੋ ਜੇ ਆਪ ਆਪ ਹੀ ਉਹਨੂੰ ਦੱਸੀ ਜਾਂਦੇ ਅੱਜ ਗੁਰੂ ਸਾਹਿਬ ਆਪ ਦੱਸਣ ਤੇ ਮਾਰਾ ਬਾਣੀ 'ਚ ਲਿਖਦਾ ਕਿਆ ਜਾਣਾਂ ਕਿ ਬੇ ਮਰਹੇਗੇ ਕਿਹਸਾ ਮਰਨਾ ਮਰਨਾ ਹੋਏ ਪਰ ਇਹਨਾਂ ਨੂੰ ਦੱਸਣ ਦਾ ਵੀ ਕਦੋਂ ਮਰਣਾ ਮਹਾਰਾਜ ਕਹਿੰਦੇਗੇ ਕੱਲ ਚਾਰ ਘੜੀਆਂ ਜਦੋਂ ਦਿਨ ਰਹਿ ਜਾਏਗਾ ਤੁਹਾਡਾ ਸਰੀਰ ਪ੍ਰਾਣਾ ਤੋਂ ਖਾਲੀ ਹੋ ਜਾਏਗਾ ਪਵ ਪ੍ਰਾਣ ਨਿਕਲ ਜਾਣਗੇ ਹਾਂਜੀ ਤਬ ਲਗ ਸਿਮਰੋ ਸ਼੍ਰੀ ਕਰਤਾਰਾ ਓਨੇ ਸਮੇਂ ਤੱਕ ਸਿਮਰਨ ਕਰੋ ਮਹਾਰਾਜ ਕਹਿੰਦੇਗੇ ਪਰਮੇਸ਼ਰ ਨੂੰ ਚੇਤਾ ਕਰੋ ਪਰਮੇਸ਼ਰ ਜੀ ਨੂੰ ਯਾਦ ਕਰੋ ਹੰਦੀ ਪਵ ਸਾਗਰ ਤੇ ਭਇਓ ਉਦਾਰਾ ਵਾਜੀ ਵਾ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਖੁਦ ਬੋਲ ਕੇ ਕਹਿ ਰਿਹਾ ਕੌਲਾ ਜੀ ਇਸ ਸੰਸਾਰ ਰੂਪੀ ਸਮੁੰਦਰ ਤੋਂ ਤੁਹਾਡਾ ਉਧਾਰ ਹੋ ਗਿਆ ਕਹਿਣ ਲੱਗੇ ਤੁਸੀਂ ਤਰ ਗਏ ਤੇ ਹੋਰ ਕੀ ਚਾਹੀਦਾ ਜਿਹੜਾ ਜਿੰਦਾ ਆ ਤੇ ਸਰੀਰ ਕੁਝ ਸਮੇਂ ਤੱਕ ਛੱਡਣਾ ਗੁਰੂ ਆਰ ਗੋਬਿੰਦ ਸਾਹਿਬ ਸੱਚੀ ਸਰਕਾਰ ਮੁੱਖੋਂ ਕਵੇ ਵੀ ਤੇਰਾ ਉਧਾਰ ਹੋ ਗਿਆ ਹੋਰ ਕੀ ਚਾਹੀਦਾ ਜੀ ਹਾਂਜੀ ਪ੍ਰਥਮ ਜਨਮ ਕੀ ਤੂੰ ਬੜ ਭਾਗਨ ਬਸ ਆਹ ਜਿਹੜੇ ਬਚਨ ਹੋਣ ਕਰ ਰਹੇ ਨਾ ਮਹਾਰਾਜ ਇਹਨੇ ਬਚਨ ਅੱਜ ਤੱਕ ਨਹੀਂ ਮਹਾਰਾ ਨੇ ਕੋਲਾਂ ਦੀ ਨ ਖੁੱਲੇ ਕੀਤੇ ਸੀ ਮਹਾਰਾ ਕਹਿਣ ਲੱਗੇ ਇਸ ਜਨਮ ਦੀ ਨਹੀਂ ਭਗਤੀ ਤੁਹਾਡੇ ਇਸ ਜਨਮ ਦੀ ਭਗਤੀ ਨਹੀਂ ਹੈਗੀ ਕਈ ਜਨਮਾਂ ਦੀ ਭਗਤੀ ਹੈਗੀ ਹੈ ਪਹਿਲੇ ਜਨਮਾਂ ਵਿੱਚ ਵੀ ਭਗਤੀ ਕੀਤੀ ਪਹਿਲੇ ਜਨਮਾਂ ਚ ਵੀ ਹਾਂਜੀ ਸੰਤ ਗੁਰਬਚਨ ਸਿੰਘ ਜੀ ਬੈਠੇ ਇਹ ਦੀਵਾਨ ਦੇ ਵਿੱਚ ਤੇ ਇੱਕ ਢਾਡੀ ਸਿੰਘ ਬੋਲ ਰਿਹਾ ਕਹਿੰਦਾ ਇਰਾਦੇ ਦੀ ਗੱਲ ਹੈਗੀ ਪਰੋਸੇ ਦੀ ਗੱਲ ਹੈਗੀ ਹੈ ਬਾਬੇ ਧੰਨੇ ਨੂੰ ਪਰੋਸਾ ਵੱਜ ਗਿਆ ਪੱਥਰ ਦੇ ਵਿੱਚ ਤੇ ਪੱਥਰ ਚੋਂ ਪਰਮੇਸ਼ਰ ਪੈਦਾ ਹੋ ਗਿਆ ਪਰੋਸੇ ਦੀ ਗੱਲ ਹੈਗੀ ਹੈ ਤੇ ਸੰਤ ਜੀ ਨੇ ਉਤੋਂ ਕਥਾ ਕਰਨੀ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਦਰਾਂ ਵਾਲਿਆਂ ਨੇ ਉਹ ਕਹਿਣ ਲੱਗੇ ਵੀ ਢਾਡੀ ਸਿੰਘ ਨੇ ਗੱਲ ਠੀਕ ਕੀਤੀ ਹੈ ਵੀ ਗੱਲ ਪਰੋਸੇ ਦੀ ਹੈਗੀ ਹੈ ਪਰਟਾਢੀ ਸਿੰਘ ਜੀ ਇਹ ਕਹਿ ਰਹੇ ਸੀਗੇ ਕਿ ਭਰੋਸਾ ਬਣਾਓ ਸਿਰਫ ਭਰੋਸਾ ਚਾਹੀਦਾ ਸੰਤ ਮਹਾਰਾਜ ਕਹਿਣ ਲੱਗੇ ਸਿੰਘੋ ਇਹ ਵੀ ਵੇਖੋ ਵੀ ਬਾਬੇ ਧੰਨੇ ਨੇ ਭਰੋਸਾ ਬਣਾਉਣ ਲਈ ਕਿੰਨੇ ਜਨਮ ਤਪ ਕੀਤਾ ਕਹਿਣ ਲੱਗੇ ਭਰੋਸਾ ਇੱਕੋ ਜਨਮ ਚ ਤਨੀ ਵੱਜ ਗਿਆ ਇੱਕੋ ਜਨਮ ਚ ਤਨੀ ਭਰੋਸਾ ਵੱਜ ਗਿਆ ਐਡਾ ਸਸਤਾ ਵੀ ਨਹੀਂ ਹੈਗਾ ਭਰੋਸਾ ਵੀ ਮਿੰਟ ਚ ਭਰੋਸਾ ਵੱਜ ਜੇ ਨਹੀਂ ਮਹਾਰਾਜ ਕਹਿੰਦੇ ਅਸੀਂ ਤਾਂ ਖਿੰਨ ਖਿੰਨ ਡੋਲਦੇ ਆਂ ਸਾਡੇ ਬਾਰੇ ਦੱਸਿਆ ਜੀ ਥੋੜਾ ਜਿਹਾ ਪਰੋਸਾ ਵੱਜਦਾ ਫਿਰ ਟੁੱਟ ਜਾਂਦਾ ਜੀ ਅਛਾ ਕਈ ਵਾਰੀ ਸਾਡਾ ਕਥਾ ਸੁਣਦੇ ਆ ਪਰੋਸਾ ਵੱਜਿਆ ਵੀ ਅੱਜ ਤੋਂ ਬਾਅਦ ਨਾਮ ਹੀ ਜਪਣਾ ਪੈਂਦੀ ਹੈ ਹੈ ਕੋਈ ਸੰਸਾਰੀ ਕੰਮ ਨਹੀਂ ਕਰਨਾ ਸਿਰਫ ਜਪਣਾ ਦੇ ਨਾਮ ਹੀ ਜਪਣਾ ਉਹ ਜਿੰਨਾ ਚਿਰ ਕਥਾ ਸੁਣਦੇ ਉਹਨਾਂ ਕਚਿਰ ਪਰੋਸਾ ਰਹਿੰਦਾ ਜੀ ਵੱਧ ਤੋਂ ਵੱਧ 1-2 ਦਿਨ ਰਹਿੰਦਾ ਜੀ ਫਿਰ ਪਰੋਸਾ ਟੁੱਟ ਜਾਂਦਾ ਜੀ ਹੋਰ ਹੀ ਕੰਮਕਾਰ ਸਾਹਮਣੇ ਆ ਜਾਂਦੇ ਜੀ ਹਾਂਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਕਹਿਣ ਲੱਗੇ ਠੀਕ ਹੈ ਗੱਲ ਪਰੋਸੇ ਨਾਲ ਹੀ ਬਣਨੀ ਹੈ ਬਾਬੇ ਧੰਨੇ ਦੀ ਗੱਲ ਪਰੋਸੇ ਨਾਲ ਬਣੀ ਹੈ ਪਰ ਇਹਰੇ ਪਿਛੇ ਕਈ ਜਨਮਾਂ ਦੀ ਬੰਦਗੀ ਫਿਰ ਬਣੀ ਹੈ ਗੱਲ ਕਹਿਣ ਲੱਗੇ ਐਵੇਂ ਨਹੀਂ ਪਰੋਸੇ ਵੱਜ ਜਾਂਦੇ ਇਹ ਪਿਛੋਂ ਜਪ ਤਪ ਚੱਲਦਾ ਆਪੇ ਫਿਰ ਵੱਜਦੇ ਜੀ ਹਜੂਰ ਮਹਾਰਾਜ ਕਹਿਣ ਲੱਗੇ ਤੇਰੇ ਪਿਛਲੇ ਜਨਮਾਂ ਦੀ ਭਗਤੀ ਹੈ ਕਹਿਣ ਲੱਗੇ ਕੌਲਾਂ ਪਿਛਲੇ ਜਨਮਾਂ ਦੀ ਭਗਤੀ ਹੈ ਹਾਂ ਜੀ ਹਾਮਰੇ ਵਿਖੇ ਭਈ ਅਨੁਰਾਗਣ ਇਸ ਕਰਕੇ ਤੇਰਾ ਸੰਗਤ ਨਾਲ ਸਾਡੇ ਨਾਲ ਪਿਆਰ ਬਣਿਆ ਕਹਿਣ ਲੱਗੇ ਇਸ ਕਰਕੇ ਬਣਿਆ ਪਿਛਲੇ ਜਨਮਾਂ ਦੀ ਭਗਤੀ ਨਾਲ ਤੁਸੀਂ ਇੱਥੇ ਬੈਠੇ ਜੇ ਨਾ ਕੋਈ ਇੱਕ ਜਨਮਦਾਨੀ ਇੱਥੇ ਬੈਠਾ ਜੀ ਆਖੋ ਵਾਹਿਗੁਰੂ ਵਾਹਿਗੁਰੂ ਸੰਗਤਾਂ ਘਰਾਂ ਚ ਕਥਾ ਸੁਣ ਰਹੀਆਂ ਕੋਈ ਇੱਕ ਜਨਮਦਾਨੀ ਸੁਣ ਰਿਹਾ ਜੀ ਪਹਿਲੇ ਜਨਮ ਵਿੱਚ ਤਾਂ ਸਿੱਧਾ ਸਿੱਖੀ ਵਿੱਚ ਜਨਮ ਹੀ ਨਹੀਂ ਮਿਲਦਾ ਸਾ ਸੰਗਤ ਜੀ 84 ਲੱਖ ਜੂਨ ਤੋਂ ਬਾਅਦ ਸਿੱਧਾ ਸਿੱਖੀ 'ਚ ਜਨਮ ਨਹੀਂ ਮਿਲਦਾ ਜੀ ਗੁਰੂ ਦੇ ਸਿੱਖ ਬਣਿਆ ਕੋਈ ਨਾ ਕੋਈ ਪਿਛਲੇ ਜਨਮਾਂ ਦਾ ਜੱਪ ਤਪ ਤੁਰਿਆ ਆ ਰਿਹਾ ਜੀ ਫੇਰ ਇੱਥੇ ਬੈਠੇ ਆਪਾਂ ਜੀ ਮਾਰਾ ਕਹਿਣ ਲੱਗੇ ਪਿਛਲੇ ਜਨਮਾਂ ਦੀ ਭਗਤੀ ਫੇਰ ਤੁਹਾਡਾ ਸਾਡੇ ਨਾਲ ਪਿਆਰ ਪੈਦਾ ਹੋਇਆ ਫੇਰ ਸੰਗਤ ਨਾਲ ਪਿਆਰ ਪੈਦਾ ਹੋਇਆ ਹੁਣ ਤੁਸੀਂ ਕਥਾ ਸੁਣੀ ਕੌਲਾ ਜੀ ਦੀ ਜਦੋਂ ਮਹਾਰਾਜ ਲਾਹੌਰ ਗਏ ਕੌਲਾ ਜੀ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਦਰਸ਼ਨ ਤੇ ਦਾਸੀ ਨੇ ਵੀ ਕੀਤੇ ਹੈਗੇ ਜੀ ਜਿਹੜੀ ਕੌਲਾ ਜੀ ਦੇ ਘਰ ਕੰਮ ਕਰਦੀ ਸੀਗੀ ਜੀ ਦਰਸ਼ਨ ਤੇ ਕੌਲਾ ਜੀ ਦੀ ਮਾਂ ਨੇ ਵੀ ਕੀਤੇ ਹੈਗੇ ਜੀ ਦਰਸ਼ਨ ਤੇ ਕੌਲਾ ਜੀ ਦੇ ਪਿਓ ਨੇ ਵੀ ਕੀਤੇ ਸੀ ਕਾਜੀ ਨੇ ਪਰ ਕਹੇ ਦੀ ਭਗਤੀ ਨਹੀਂ ਸੀ ਹੈਗੇ ਕੌਲਾ ਜੀ ਨੇ ਦਰਸ਼ਨ ਕੀਤੇ ਦਰਸ਼ਨ ਕਰਦੇ ਆਂ ਪਰ ਉਹ ਸਭ ਅੱਜ ਗਿਆ ਜੀ ਮਹਾਰਾਜ ਅੱਜ ਕੁੰਡੀ ਖੋਲਣ ਦੇ ਕਹਿੰਦੇ ਜਨਮਾਂ ਜਨਮਾਂ ਦਾ ਤਪ ਹੈਗਾ ਤੁਹਾਡਾ ਹਾਂਜੀ ਬਾਹਰ ਨਾ ਹੋਏ ਜਗਤ ਮਹਿ ਫੇਰਾ ਆਖੋ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਉਹ ਜਿਹੜੀ ਭਗਤੀ ਆ ਨਾ ਜਨਮਾਂ ਜਨਮਾਂ ਦੀ ਮਾਰਾ ਕਹਿੰਦੇ ਅੱਜ ਉਹ ਸਫਲੀ ਹੋ ਗਈ ਹੈ ਸਫਲੀ ਹੋ ਗਈ ਇਸ ਵਾਰ ਹੁਣ ਮੁੜ ਜਗਤ ਵਿੱਚ ਫੇਰਾ ਨਹੀਂ ਪਏਗਾ ਮੁੜ ਜਨਮ ਨਹੀਂ ਲੈਣਾ ਪਏਗਾ ਹਾਂਜੀ ਭੈਓ ਉਧਾਰ ਦੁਖਨ ਤੇ ਤੇਰਾ ਮਰ ਕਹਿੰ ਲਗਿਆ ਜਿਹੜਾ ਸਰੀਰਕ ਕਸ਼ਟ ਹੈਗਾ ਇਹ ਵੀ ਕੋਈ ਕਰਮ ਹੀ ਐ ਆ ਵੀ ਮਾਰਾ ਕਹਿੰਦੇ ਹੁਣ ਦੂਰ ਹੋ ਗਿਆ ਹੁਣ ਉਧਾਰ ਹੀ ਐ ਸਿੱਧਾ ਮਾਰਾ ਕਹਿੰਦੇ ਹੁਣ ਸਿੱਧਾ ਜਨਮ ਮਰਨ ਕਟਿਆ ਗਿਆ ਜੀ ਹਾਂਜੀ ਕਾਸ਼ਨਹਿ ਚਿੰਤ ਤਰਹੋ ਉਰ ਮਹੀਆ ਕੌਲਾ ਜੀ ਕੁਛ ਵੀ ਚਿੰਤਾ ਨਹੀਂ ਆਪਣੇ ਮਨ ਚ ਰੱਖਣੀ ਆਖੋ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸ੍ਰੀ ਗੁਰੂ ਆਰ ਗੋਬਿੰਦ ਸਾਹਿਬ ਕਹਿ ਰਹੇ ਮਾਰਾ ਕਹਿੰਦੇ ਕੁਝ ਵੀ ਚਿੰਤਾ ਨਹੀਂ ਆਪਣੇ ਮਨ 'ਚ ਰੱਖਣੀ ਥੋੜੀ ਜਿਹੀ ਵੀ ਚਿੰਤਾ ਨਹੀਂ ਰੱਖਣੀ ਮਾਰਾ ਕਹਿੰਦੇ ਹੁਣ ਨਾਮ ਜਪੋ ਪਰਮੇਸ਼ਰ ਦਾ ਜੀ ਮੈਨੂੰ ਇੱਕ ਗੁਰਮੁਖ ਕਹਿਣ ਲੱਗੇ ਕਹਿੰਦੇ ਇੱਕ ਗੁਰਮੁਖ ਦੀ ਮੈਨੂੰ ਸੰਗਤ ਹੋਈ ਉਹਨਾਂ ਦੀ ਅਵਸਥਾ ਬਹੁਤ ਵੱਡੀ ਸੀ ਉਹ ਕਹਿੰਦੇ ਅਸੀਂ ਗੁਰੂ ਨਾਨਕ ਸਾਹਿਬ ਦੇ ਚਰਣਾਚ ਅਰਦਾਸ ਕਰਤੀ ਹੈ ਤੁਹਾਨੂੰ ਕੋਈ ਜਮ੍ਹਾਂ ਵਾਲੇ ਰਾਹ ਜਾਣ ਦੀ ਲੋੜ ਨਹੀਂ ਹੈਗੀ ਤੇ ਹੁਣ ਅੱਜ ਤੋਂ ਨਾਮ ਜਪੋ ਡਰ ਕੇ ਨਹੀਂ ਨਾਮ ਜਪਣਾ ਜਮ੍ਹਾਂ ਤੋਂ ਜਮਾ ਵਾਲੇ ਪਾਸੇ ਜਾਣ ਦੀ ਲੋੜ ਨਹੀਂ ਪਵੇਗੀ ਡਰ ਕੇ ਨਾਮ ਨਾ ਜਪਿਓ ਸ਼ੌਂਕ ਨਾਲ ਹੀ ਜਪਿਓ ਕਹਿਣ ਲੱਗੇ ਸ਼ੌਂਕ ਨਾਲ ਹੀ ਨਾਮ ਜਪਿਓ ਮਹਾਰਾ ਕਹਿਣ ਲੱਗੇ ਕੁਝ ਵੀ ਚਿੰਤਾ ਨਹੀਂ ਕਰਨੀ ਤੁਸੀਂ ਹਾਂਜੀ ਧਨ ਜਨਮ ਉੱਤਮ ਪਦ ਲਹੀਆ ਵਾਹਿ ਦੀਵਾ ਆਖੋ ਵਾਹਿਗੁਰੂ ਵਾਹਿਗੁਰੂ ਮਹਾਰਾ ਕਹਿਣ ਲੱਗੇ ਤੁਹਾਡਾ ਜਨਮ ਧਨ ਹੋ ਗਿਆ ਵੇਖ ਲਓ ਤੁਰਕਾਂ ਦੇ ਘਰ ਚ ਜਨਮ ਲਿਆ ਪਰ ਸਤਿਗੁਰੂ ਜੀ ਦੇ ਦਰਸ਼ਨ ਹੋ ਗਏ ਜੀਵਨ ਗੁਰੂ ਜੀ ਦੇ ਲਿਖੇ ਲਾਤਾ ਖੁਦ ਗੁਰੂ ਜੀ ਕਹਿੰਦੇ ਜਨਮ ਧੰਨ ਹੋ ਗਿਆ ਧੰਨ ਜਨਮ ਪਰਵਾਨ ਬਾਣੀ ਵਿੱਚ ਆਉਂਦਾ ਜੀ ਹਾਂਜੀ ਧੰਨ ਜਨਮ ਉੱਤਮ ਪਦ ਲਹੀਆ ਉੱਚ ਅਵਸਥਾ ਪ੍ਰਾਪਤ ਹੋ ਚੁੱਕੀ ਤੁਹਾਨੂੰ ਕਹਿਣ ਲੱਗੇ ਸੰਗਤ ਜੀ ਆਪਾਂ ਲੱਗੇ ਆ ਬਸ ਇਹੋ ਹੀ ਆ ਵੀ ਕਿਤੇ ਜਾ ਕੇ ਟਿਕਾਣੇ ਲੱਗੇ ਜੀ ਮਹਾਰਾਜ ਕਹਿੰਦੇ ਭਲਾ ਹੋ ਗਿਆ ਹਾਂਜੀ ਦੋਏ ਘਟੀ ਲੱਗ ਬੈਠੇ ਰਹੇ ਦੋ ਘੜੀਆਂ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਰਹੇ ਕੌਲਾਂ ਜੀ ਦੇ ਲਾਗੇ ਕੌਲਾਂ ਜੀ ਨੂੰ ਕਹਿੰਦੇ ਰਹੇ ਡਰਨਾ ਨਹੀਂ ਚਿੰਤਾ ਨਹੀਂ ਕਰਨੀ ਤੁਹਾਡਾ ਉਧਾਰ ਹੋ ਗਿਆ ਹਾਂਜੀ ਇਤਿਹਾਦਿਕ ਸੁਨ ਅਰ ਬਹੁ ਕਹੇ ਬੜੇ ਬਚਨ ਮਹਾਰਾਜ ਜੀ ਨੇ ਕੌਲਾਂ ਜੀ ਨੂੰ ਤੀਰਜ ਦਿੱਤਾ ਜੀ ਬਚਨਾ ਰਹੀ ਜੀ ਮਾਰਾ ਕਹਿੰਦੇ ਰੱਬ ਦੀ ਆਗਿਆ ਨੂੰ ਮਿੱਠੀ ਮੰਨਣਾ ਹਾਂਜੀ तीरज दीन चरण छुटकावत जो कौला जी चरण नहीं सी ਛੱਡਦੇ ਮਹਾਰਾਜ ਦਾ ਜੀ ਹਾਂਜੀ ਮਾਰਾ ਨੇ ਹੌਸਲਾ ਦਿੱਤਾ ਤੀरज ਦਿੱਤਾ ਤੇ ਚਰਨ ਛੁਟਵਾਇਆ ਜੀ ਹਾਂਜੀ ਨਹਿ ਸ਼ੋਰਤ ਪੁਨ ਪੁਨ ਉਰਲਾਵਤ ਬਸ ਛੱਡਦੇ ਨਹੀਂ ਸੀ ਚਰਨ ਚਰਨਾਂ ਨੂੰ ਸਾਥ ਸੰਗਤ ਜੀ ਬਾੜ-ਬਾਰ ਮਹਾਰਾਜ ਜੀ ਦੇ ਚਨ ਹੋਰ ਕੁੱਟ ਕੇ ਫੜਦੇ ਜੀ ਹਾਂਜੀ हे सतगुरु तुमरे पग प्यारे बस कहन लगे महाराज इन चरणा दा ही आसर हैगा हां जी नह त्यागन चित चाहत हमारे मेरा चित नहीं करदा वी मैं आप दी दे चरण ਛੱਡਾਂ इन्नी ਸਾਧ ਸੰਗਤ ਦੀ ਪ੍ਰੀਤੀ ਪੈਦਾ ਹੋਈ ਗਿਆ ਜੀ हां जी बार बार मुख पर ਕੋ ਫੇਰਤ बस ओ फिर महाराज जी दे चरणां न वाला ਆਪਣੇ ਹੱਥ ਨੂੰ ਸੁਹਾ ਕੇ ਨਾ ਉਹ ਫਿਰ ਹੱਥ ਆਪਣੇ ਮੁਖ ਤੇ ਫੇਰਦੇ ਜੀ ਹਾਂਜੀ ਤ੍ਰਿਪਤ ਨਾ ਹੋਤ ਰੂਪ ਗੁਰਹਿਰਤ ਬਸ ਇੱਕ ਦਿਨ ਵੀ ਨਹੀਂ ਪੂਰਾ ਸਾਧ ਸੰਗਤ ਜੀ ਥੋੜੇ ਸਮੇਂ ਦੀ ਗੱਲ ਹੈ ਜੀ ਬਸ ਫਿਰ ਭਲਾ ਹੋ ਜਾਣਾ ਜੀ ਸਰੀਰ ਛੁੱਟ ਜਾਣਾ ਜੀ ਹਾਂਜੀ ਅਸ਼ਵਾਸਨ ਦੀਰਗ ਤਬ ਕੀਨੋ ਸਤਿ ਪਾਸ਼ਾ ਨੇ ਬਹੁਤ ਆਸ਼ਵਾਸਨ ਦਿੱਤਾ ਤਿਰਜ ਦਿੱਤਾ ਕੌਲਾ ਜੀ ਤੁਹਾਡਾ ਉਦਾਰ ਹੋ ਗਿਆ ਮਹਾਰਾਜ ਕਹਿਣ ਲੱਗੇ ਹਾਂਜੀ ਅੰਤ ਸਮਾਂ ਜਦ ਮੇਰੋ ਚੀਨੋ ਹਾਂਜੀ ਸਨਮੁਖ ਮਮ ਬੈਠੋ ਤਬ ਆਏ ਤੇ ਮਹਾਰਾਜ ਤੁਰਨ ਲੱਗੇ ਤੇ ਕੌਲਾਂ ਜੀ ਕਹਿਣ ਲੱਗੇ ਮਹਾਰਾਜ ਕੱਲ ਨੂੰ ਜਦੋਂ ਅੰਤਮ ਸਮਾਂ ਮੇਰਾ ਆਉਣਾ ਤੇ ਮੇਰੇ ਸਾਹਮਣੇ ਆ ਕੇ ਬਹਿ ਜਿਓ ਕਹਿਣ ਲੱਗੇ ਹਾਂਜੀ ਤੁਮ ਦੇਖਤ ਹੀ ਪ੍ਰਾਨ ਸਿਧਾਏ ਬਸ ਤੁਹਾਡੇ ਦਰਸ਼ਨ ਕਰਦਿਆਂ ਕਰਦਿਆਂ ਮੈਂ ਸਰੀਰ ਛੱਡਣਾ ਕਹਿਣ ਲੱਗੇ ਕਿੰਡੀ ਵੱਡੀ ਗੱਲ ਐ ਸਾਧ ਸੰਗ ਕਿੱਡੇ ਵੱਡੇ ਭਾਗ ਦੀ ਆਪੋਂ ਦੰਤਾਰਨਾ ਪੜੀ ਸੀ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ ਹਾਂਜੀ ਤੇ ਕਉਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਵੇਖਦਿਆਂ ਵੇਖਦਿਆਂ ਸਰੀਰ ਛੱਡਣਾ ਹਾਂਜੀ ਇਹ ਬੇਨਤੀ ਮੇਰੀ ਸੁਣ ਲਈਜੇ ਇਹ ਮੇਰੀ ਬੇਨਤੀ ਹੈ ਇਹਨੂੰ ਪ੍ਰਵਾਨ ਕਰ ਲੋ ਸੁਣ ਲੋ ਮਹਾਰਾਜ ਹਾਂਜੀ ਤੁਮ ਕਿਰਪਾਲ ਬੜ ਕਰੁਣਾ ਕੀਜੇ ਬਸ ਅੰਤਮ ਸਮੇਂ ਮੇਰੇ ਸਾਹਮਣੇ ਆ ਕੇ ਬੈਠ ਜਾਇਓ ਤੁਹਾਡੇ ਦਰਸ਼ਨ ਕਰਦਿਆਂ ਕਰਦਿਆਂ ਮੈਂ ਸੱਚਖੰਡ ਨੂੰ ਜਾਣਾ। ਹਾਂਜੀ। ਸੁਣ ਗੁਰ ਕਹਿਓ ਆਇ ਤੁਵ ਪਾਸ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਕੌਲਾ ਦੀ ਆਵਾਂਗੇ। ਤੁਹਾਡੇ ਕੋਲ ਆਵਾਂਗੇ ਮਹਾਰਾਜ ਕਹਿਣ ਲੱਗੇ। ਹਾਂਜੀ। ਰਹੁ ਆਨੰਦ ਮੈਂ ਚਿੰਤ ਬਿਨਾਸ। ਆਨੰਦ ਚ ਰਹੁ। ਹੁਣ ਚਿੰਤਾ ਨਾ ਕਰਿਓ ਮਹਾਰਾਜ ਕਹਿਣ ਲੱਗੇ। ਚਿੰਤਾ ਨਹੀਂ ਕਰਨੀ ਤਹੀ। ਫਿਕਰ ਨਹੀਂ ਕਰਨਾ। ਹਾਂਜੀ। कह कर इम श्री हरगोविंद तन तन श्री गुरु हरगोविंद साहिब इस तरीके नाल वचन करके कौला जी नु बड़ा ही तीरज ਦਿੱਤਾ ਸਤਗੁਰੂ ਜੀ ਨੇ ਜੀ ਹਾਂਜੀ ਨਿਕ세 ਵਹਿਰ ਜਹਾਨ ਨਰ ਬ੍ਰਿੰਦ ਤੇ ਬਾਹਰ ਕਰਤਾਰਪੁਰ ਸਾਹਿਬ ਦੀਆਂ ਸੰਗਤਾਂ ਜਿੱਥੇ ਗੁਰੂ ਜੀ ਨੂੰ ਉਡੀਕ ਰਹੀਆਂ ਮਹਾਰਾਜ ਉਹਨਾਂ ਸੰਗਤਾਂ ਵਿੱਚ ਜਾ ਰਹੇ ਜੀ ਹਾਂਜੀ ਬੈਠ ਸਬਨ ਮੈਂ ਦਰਸ਼ਨ ਦੀਨ ਸਭਾ ਦੇ ਵਿੱਚ ਬੈਠ ਕੇ ਫਿਰ ਗੁਰੂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਸਾਰਿਆਂ ਨੂੰ ਦਰਸ਼ਨ ਦਿੰਦੇ ਆ ਹਾਂਜੀ ਪਰ ਉਪਕਾਰੀ ਵੀਰ ਪਰਬੀਨ ਇਹ ਪਰਉਪਕਾਰ ਕਰਨ ਵਾਸਤੇ ਸਰੀਰ ਧਾਰਿਆ ਕਈਆਂ ਦਾ ਆਗਮਨ ਹੀ ਇਸ ਵਾਸਤੇ ਹੁੰਦਾ ਜੀ ਗੁਰੂ ਹਰਗੋਬਿੰਦ ਸਾਹਿਬ ਪਰਉਪਕਾਰ ਕਰਨ ਵਾਸਤੇ ਆਏ ਤਾਈਓ ਆਏ ਕੋਲਾਂ ਜੀ ਦੇ ਕੋਲ ਜੀ ਹਾਂਜੀ ਨਾ ਹੀ ਤੇ ਮਹਾਰਾਜਾਂ ਲੱਗੇ ਤੁਰਖਾਂ ਦੀ ਲੜ ਗਈ ਹੈਗੀ ਹੈ ਫਿਰ ਕੀ ਹੈ ਬੜੀਆਂ ਸੰਗਤਾਂ ਨੇ ਜੀ ਯਾਦ ਕਰਦੀਆਂ ਨੇ ਤੇ ਮਹਾਰਾ ਅੰਤਰ ਅੰਤਰਾਤਮੇ ਵੀ ਬਲ ਬਖਸ਼ ਸਕਦੇ ਸੀਗੇ ਪਰ ਗੁਰੂ ਜੀ ਨੇ ਪਹੁੰਚ ਕੇ ਦਰਸ਼ਨ ਦਿੱਤੇ ਜੀ ਉੱਥੇ ਹਾਂਜੀ ਦੋਹਰਾ ਥਮ ਅਗਾਰੀ ਬੈਠ ਕਰ ਸਤ ਗੁਰ ਲਾਏ ਦੀਵਾਨ ਕਰਤਾਰਪੁਰ ਸਾਹਿਬ ਜਿੱਥੇ ਥਮ ਸਾਹਿਬ ਹੈ ਜੀ ਉਸ ਅਸਥਾਨ ਤੇ ਬੈਠ ਕੇ ਗੁਰੂ ਜੀ ਨੇ ਦੀਵਾਨ ਲਾਏ ਜੀ ਹਾਂਜੀ ਆਏ ਰਬਾਬੀ ਢਿਗ ਥਿਰੇ ਕਰਿਓ ਸ਼ਬਦ ਕੋ ਗਾਨ ਤੇ ਫਿਰ ਗੁਰੂ ਕੇ ਰਬਾਬੀ ਸਿੱਖ ਆਏ ਉਹਨਾਂ ਨੇ ਕੀਰਤਨ ਕੀਤਾ ਮਹਾਰਾਜ ਕਹਿੰਦੇ ਪਾਣਾ ਮੰਨਣ ਵਾਲਾ ਕੀਰਤਨ ਕਰਾਓ ਹਾਂਜੀ ਜਿਹਦੇ ਵਿੱਚ ਪਾਣਾ ਮੰਨਣ ਦੀ ਸਿੱਖਿਆ ਹੋਵੇ ਜੀ ਉਹਨਾਂ ਗੁਰੂ ਕੇ ਸਿੱਖਾਂ ਨੇ ਫਿਰ ਕੀਰਤਨ ਕੀਤਾ ਗੁਰੂ ਜੀ ਦੀ ਬਾਣੀ ਪੜੀ ਜੀ ਹਾਂਜੀ ਚੌਪਈ ਜੋ ਜੋ ਪਰਮੈ ਗੁਰ ਸੋਧ ਹੋਈ ਜਿਉਂ ਜਿਉਂ ਖਬਰ ਫੈਲੀ ਨਾ ਜੀ ਕਰਤਾਰਪੁਰ ਸਭ ਵਿੱਚ ਵੀ ਮਾਲਕ ਗੁਰੂ ਆਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਏ ਹੈ ਹਾਂਜੀ ਤਿਆਂ ਤਿਆਂ ਚਲਿਓ ਆਏ ਸਭ ਕੋਈ ਬਸ ਤਿਉਂ ਤਿਉਂ ਹੀ ਸਿੱਖ ਸੰਗਤਾਂ ਭਜੀਆਂ ਹੀ ਆ ਰਹੀਆਂ ਜੀ ਸਤਿਗੁਰੂ ਜੀ ਦੇ ਦਰਸ਼ਨ ਕਰੀਏ ਵੱਡੇ ਪਾਗਾਂ ਨਾਲ ਮੌਕਾ ਬਣਿਆ ਹਾਂਜੀ ਅਰਪ ਅਕੂਰਨ ਸੀਸ ਨਿਵਾਵੇ ਹਾਂਜੀ ਦਰਸ਼ਨ ਕਰਹਿ ਮੂਦ ਉਪਜਾਵੇ ਫੇਟਾਵਾਂ ਰੱਖ ਕੇ ਸਿਰ ਨਮਾਉਂਦੀਆਂ ਦਰਸ਼ਨ ਕਰਦੀਆਂ ਖੁਸ਼ ਹੁੰਦੀਆਂ ਸੰਗਤਾਂ ਜੀ ਹਾਂਜੀ ਕਿਰਪਾ ਦ੍ਰਿਸ਼ਟ ਤੇ ਦੇਖਣ ਕਰੈ ਸੱਚੇ ਪਾਤਸ਼ਾਹ ਫਿਰ ਮਿਹਰ ਦੀ ਦ੍ਰਿਸ਼ਟੀ ਨਾਲ ਵੇਖਦੇ ਮੈਂ ਅੱਗੇ ਵੀ ਬੜੀ ਬੜੀ ਤੁਹਾਨੂੰ ਬੇਨਤੀ ਕੀਤੀ ਵੇਖਣ ਵੇਖਣ ਵਿੱਚ ਵੀ ਬੜਾ ਫਰਕ ਹੈਗਾ ਜੀ ਜਦੋਂ ਗੁਰੂ ਜੀ ਮਿਹਰ ਦੀ ਦ੍ਰਿਸ਼ਟੀ ਨਾਲ ਵੇਖਦੇ ਨਾ ਜੀ ਫਿਰ ਗੱਲ ਬਣਦੀ ਹੈ ਜੀ ਮਾਰਨ ਮੇਰ ਦੀ ਦ੍ਰਿਸ਼ਟੀ ਨਾਲ ਦੇਖਦੇ ਜੀ ਹਾਂਜੀ ਸਾਬ ਕੀ ਮਨੋ ਕਾਮਨਾ ਪੁਰੇ ਤੇ ਜਦੋਂ ਮੇਰ ਦੀ ਦ੍ਰਿਸ਼ਟੀ ਨਾਲ ਜਿਹਦੇ ਵੱਲ ਵੇਖ ਲੈਂਦੇ ਉਹਦੀ ਕਾਮਨਾ ਪੂਰੀ ਹੋ ਜਾਂਦੀ ਹੈ ਜੀ ਅੜੇ ਹੋਏ ਕੰਮ ਸਿੱਧੇ ਹੋ ਜਾਂਦੇ ਆ ਜੀ ਹਾਂਜੀ ਸੰਧਿਆ ਸੋਦਰ ਲਗ ਤਹ ਥਰੇ ਸੰਧਿਆ ਦਾ ਸਮਾਂ ਸ਼ਾਮ ਦਾ ਇਸ ਆ ਵੇਲਾ ਜੀ ਸੋਦਰ ਆ ਪਾਠ ਹੋਇਆ ਜੀ ਹਾਂਜੀ ਪੋਗ ਪਾਏ ਬੰਧਨ ਕੋ ਕਰੇ ਫਿਰ ਸੋਦਰ ਦੇ ਪਾਠ ਹੋਏ ਮੱਥਾ ਟੇਕਿਆ ਜੀ ਸਾਰਿਆਂ ਨੇ ਨਮਸਕਾਰ ਕੀਤੀ ਜੀ ਹਾਂਜੀ ਉਠ ਸਤ ਗੁਰ ਡੇਰੀ ਮੈਂ ਆਏ ਹਾਂਜੀ ਰਚ ਅਨੁਸਾਰ ਅਸਨ ਕਉ ਖਾਏ ਉਤੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਉੱਠੇ ਮਹਾਰਾਜ ਨੇ ਭੋਜਨ ਪ੍ਰਸ਼ਾਦ ਛਕਿਆ ਮ੍ਰੇਦੁਲ ਸੇਜ ਪਰ ਥਿਰੇ ਗੁਸਾਈ ਗੁਰਸਿੱਖਾਂ ਨੇ ਬਹੁਤ ਸੋਹਣਾ ਪਲੰਗਾ ਤਿਆਰ ਕੀਤਾ ਸੱਚੇ ਪਾਤਸ਼ਾਹ ਉਹਦੇ ਤੇ ਸੱਜਗੇ ਦੀ ਹਾਂਜੀ ਸੋਪਤ ਜਥਾ ਸੁਖ ਰਾਤ ਬਿਤਾਈ ਸਾਰਿਆਂ ਨੇ ਸੁਖ ਨਾਲ ਰਾਤ ਬਤੀਤ ਕੀਤੀ ਦੀ ਹਾਂਜੀ ਰਹੀ ਜਾਮ ਜਾ ਮਨ ਦੁਏ ਘਰੀ ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਜੀ ਉਦੋਂ ਸਵਾ ਪੈਰ ਸਿੱਖ ਸੰਗਤਾਂ ਉੱਠਦੀਆਂ ਗੁਰੂ ਜੀ ਦੋ ਪੈਰ ਉੱਠਦੇ ਜੀ ਭਾਵ ਸੰਗਤਾਂ ਤੋਂ ਪਹਿਲਾਂ ਹੀ ਮਾਦਰ ਗਰੀਬ ਨਵਾਦੀ ਜਾਗ ਜਾਂਦੇ ਆ ਜੀ ਹਾਂਜੀ ਉਠ ਕਰ ਸੋਚ ਸਰਬਹੀ ਕਰੀ ਉਠ ਕੇ ਸੋਚ ਸੋਚ ਕੀਤੀ ਸਰੀਰ ਦੀ ਹਾਂਜੀ ਸ੍ਰੀ ਅਰਜਨ ਇੱਕ ਖੂਪ ਬਨਾਇਓ ਕਰਤਾਰਪੁਰ ਸਾਹਿਬ ਗੁਰੂ ਅਰਜਨ ਸਾਹਿਬ ਨੇ ਖੂਬ ਬਣਵਾਇਆ ਜੀ ਇੱਕ ਜੀ ਖੂਬ ਬਣਵਾਇਆ ਹਾਂਜੀ ਸ਼ਕਰ ਗੰਗ ਤਹਿ ਨਾਮ ਬਤਾਇਓ ਹੋਰਾਂ ਨਾਮ ਹੈ ਸ਼ਕਰ ਗੰਗ ਆਖੋ ਵਾਹਿਗੁਰੂ ਵਾਹਿਗੁਰੂ ਸ਼ਕਰ ਗੰਗ ਕੇ ਵੀ ਕਹਿੰਦੇ ਉਹਨੂੰ ਉਹ ਉਹਦਾ ਨਾਮ ਰੱਖਿਆ ਕਿਉਂ ਰੱਖਿਆ ਜੀ ਜਦੋਂ ਮਹਾਰਾਜ ਨੇ ਕਰਤਾਰਪੁਰ ਸਭ ਵਸਾਇਆ ਤੇ ਉਹਨਾਂ ਦਿਨਾਂ ਦੇ ਵਿੱਚ ਖੂਹ ਲਵਾਇਆ ਸੀ ਗੁਰੂ ਸਾਹਿਬ ਨੇ ਸੰਗਤਾਂ ਦੂਰੋਂ ਆਉਂਦੀਆਂ ਘੱਟਾ ਮਿੱਟੀ ਉਹਨੋਂ ਬਹੁਤ ਤੋਂ ਉਹਨੋਂ ਕਿਹੜੀਆਂ ਪੱਕੀਆਂ ਸੜਕਾਂ ਹੈਗੀਆਂ ਜੀ ਉਸ ਖੂਹ ਤੋਂ ਇਸ਼ਨਾਨ ਪਾਨ ਕਰਕੇ ਤੇ ਫਿਰ ਸੰਗਤਾਂ ਆਉਂਦੀਆਂ ਮਹਾਰਾਜ ਦੀ ਹਜ਼ੂਰੀ ਵਿੱਚ ਤੇ ਗੁਰੂ ਸਾਹਿਬ ਮਹਾਰਾਜ ਕੋ ਪ੍ਰੇਮੀ ਆਏ ਉਹ ਗੱਲਾਂ ਕਰਨ ਵੀ ਅਹੀਂ ਤੇ ਗੰਗਾ ਦੇ ਇਸ਼ਨਾਨ ਕਰਨ ਜਾਣਾ ਹੈਗਾ ਹਾਂਜੀ ਮਹਾਰਾ ਕਰਨ ਲੱਗੇ ਕੋਈ ਨਹੀਂ ਖੂਹ ਚੋਂ ਹੀ ਇਸ਼ਨਾਨ ਕਰ ਲਓ ਸਮਝੋ ਗੰਗਾ ਚ ਹੀ ਹੋ ਗਿਆ ਸਮਝੋ ਗੰਗਾ ਦਾ ਹੀ ਇਸ਼ਨਾਨ ਹੋ ਗਿਆ ਸ਼ਕਰ ਗੰਗ ਉਹ ਫਿਰ ਮਹਾਰਾ ਨੇ ਨਾਮ ਰੱਖਿਆ ਹੈਗਾ ਇਹਦਾ ਜੀ ਹਾਂਜੀ ਹੇਤ ਇਸ਼ਨਾਨ ਗਏ ਤਿਸ ਥਾਂ ਜਦੋਂ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਜਾਓ ਨਾ ਜੀ ਕਿਤੇ ਸਮਾ ਬਣੇ ਉਸ ਕਰਤਾਰਪੁਰ ਸਾਹਿਬ ਤੇ ਬੜਾ ਜਾਂਦੇ ਜੀ ਇੱਥੇ ਕੋਰੀਡੋਰ ਲੰਘਣਾ ਪੈਂਦਾ ਜੀ ਐ ਪੱਜੇ ਜਾਂਦੇ ਸਾਰੇ ਚੰਗੀ ਗੱਲ ਦਰਸ਼ਨ ਕਰਨੇ ਚਾਹੀਦੇ ਆ ਪਰ ਜਲੰਧਰ ਵਾਲੇ ਕਰਤਾਰਪੁਰ ਆਪਣੇ ਤੋਂ ਵਿਰਲੇ ਹੀ ਗਏ ਹੋਣਗੇ ਜੀ ਉਹ ਵੀ ਤੇ ਕਰਤਾਰਪੁਰ ਹੀ ਆ ਜੀ ਹਾਂਜੀ ਇਹ ਆ ਵੀ ਜਿਹੜੀ ਚੀਜ਼ ਕੋਲ ਉਹਦੀ ਕਦਰ ਨਹੀਂ ਆ ਕੀਤੀ ਆਕੋ ਵਾਹਿਗੁਰੂ ਹਾਂਜੀ ਉਹ ਵੀ ਤੇ ਮਹਾਰਦਾਸ ਦਾ ਸਥਾਨ ਹੈ ਸੱਤੇ ਪਾਸ਼ਾ ਦਾ ਇਹ ਕਰਤਾਰਪੁਰ ਸਾਹਿਬ ਅੱਧਾ ਕਿਉਂ ਜਾਂਦੇ ਜੀ ਦੱਸਣਾ ਹੁੰਦਾ ਵੀ ਪਾਕਿਸਤਾਨੋਂ ਕੇ ਆਏ ਆ ਜੀ ਅਹੀਂ ਦੀ ਹੈ ਹਾਂ ਅਹੀਂ ਤੇ ਕੋਰੀਡੋਰ ਨਾਂ ਕੇ ਆਏ ਆ ਜੀ ਅਹੀਂ ਤੇ ਪਾਕਿਸਤਾਨ ਗਏ ਆ ਹਾਂਜੀ ਤੇ ਆ ਆਪਣੇ ਇੱਧਰ ਜਿਹੜਾ ਕਰਤਾਰਪੁਰ ਆਪਣੇ ਦੇਸ਼ ਚ ਹੈਗਾ ਜੀ ਉੱਥੇ ਜਾਣਾ ਨਹੀਂ ਜੀ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਹੈ ਜੀ ਇਹ ਸਥਾਨ ਹੈ ਮਹਾਰਾਜ ਦਾ ਤੇ ਨਾਲ ਹੀ ਬਾਰ ਬਾਰ ਖੂਹ ਹੈਗਾ ਜੀ ਇਹ ਜੀ ਜਿਹੜਾ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਆਪ ਗੁਰਸਿੱਖਾਂ ਨੂੰ ਕਹਿ ਕੇ ਪਟਵਾਇਆ ਸੀ ਬਣਵਾਇਆ ਸੀ ਉਹਦਾ ਨਾਮ ਰੱਖਿਆ ਸੀ ਗੁਰੂ ਸਾਹਿਬ ਇਸ ਨਾਮ ਕਰਨ ਵਾਸਤੇ ਗੁਰੂ ਆਰ ਗੋਬਿੰਦ ਸਾਹਿਬ ਫਿਰ ਉੱਥੇ ਗਏ ਜੀ ਹਾਂਜੀ ਲੇਕਰ ਸੰਗ ਦਾਸ ਬੁੱਧਵਾਨ ਬੜੇ ਸਿਆਣੇ ਸਿੱਖ ਮਹਾਰਾਜ ਨਾਲ ਲੈ ਕੇ ਉਸ ਪਾਸੇ ਗਏ ਜੀ ਹਾਂਜੀ ਬੰਦਨ ਕਰ ਮਜਨ ਤਹਿ ਕੀ ਨਾ ਉਹ ਪਹਿਲਾਂ ਤੇ ਖੂਹ ਨੂੰ ਮੱਥਾ ਟੇਕਿਆ ਜੀ ਸਾਡੇ ਗੁਰੂ ਜੀ ਦਾ ਲਵਾਇਆ ਜੀ ਫਿਰ ਉੱਥੋਂ ਇਸ਼ਨਾਨ ਕੀਤਾ ਜੀ ਹਾਂਜੀ ਬੈਠੇ ਧਰ ਕੇ ਧਿਆਨ ਪ੍ਰਬੀਨ ਇਸ਼ਨਾਨ ਕਰਕੇ ਧਿਆਨ ਧਰ ਕੇ ਗੁਰੂ ਜੀ ਬੈਠ ਗਏ ਸਮਾਧੀ ਵਿੱਚ ਬੈਠ ਗਏ ਹਾਂਜੀ निज स्वरूप ਕੋ ਚਿਤਵਨ ਕਰਤੇ ਫਿਰ ਮਹਾਰਾਜ ਕੁਝ ਸਮਾਂ ਸਮਾਧੀ ਲਈ ਅੰਤਰਾਤ ਮੇ ਧਿਆਨ ਜੋੜਿਆ ਜੀ ਹਾਂਜੀ ਬਹਰ ਗੁਰੂ ਬਾਣੀ ਕੋ ਰਰਤੇ ਫਿਰ ਗੁਰੂ ਜੀ ਆਪ ਗੁਰੂ ਜੀ ਦੀ ਬਾਣੀ ਦਾ ਪਾਠ ਕਰਦੇ ਆਪਣੇ ਮੁਖ ਤੋਂ ਜੀ ਜਪਜੀ ਸਾਹਿਬ ਪੜਦੇ ਮਹਾਰਾਜ ਹਾਂਜੀ ਆਦ ਸੁਖਮਣੀ ਊਚੇ ਸੁਰ ਤੇ ਹਾਂਜੀ ਕਰਤ ਪਾਠ ਕੋ ਪ੍ਰੀਤੀ ਉਰ ਤੇ ਆਖੋ ਸ੍ਰੀ ਵਾਹਿਗੁਰੂ ਗੱਜ ਕੇ ਵਾਹਿਗੁਰੂ ਫਿਰ ਕਹੋ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਹੈ ਉਹ ਕੀ ਜੀ ਮਹਾਰਾਜ ਆਪ ਬੋਲ ਕੇ ਉੱਚੀ ਸੁਰ ਵਿੱਚ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੇ ਹੁੰਦੇ ਹਾਂ ਜੀ ਹਾਂਜੀ ਆਦ ਸੁਖਮਣੀ ਊਚੇ ਸੁਰ ਤੇ ਸੰਗਤ ਚ ਬੈਠੇ ਮਾਰੇ ਉੱਚੇ ਸੁਰਤ ਸੁਖਮਨੀ ਸਾਹਿਬ ਦਾ ਪਾਠ ਕਰਦੇ ਜੀ ਕਰਤ ਪਾਠ ਕੋ ਪ੍ਰੀਤੀ ਓਰ ਤੇ ਤੇ ਮੇਰੇ ਖਿਆਲ ਨਾਲ ਮੈਂ ਆਪਣੀ ਗੱਲ ਕਰਦਾ ਜੀ ਸੁਖਮਨੀ ਸਾਹਿਬ ਤੇ ਪੂਰੇ ਘੋੜੇ ਦੜਾਈ ਦੇ ਕਿਉਂ ਲੰਬੀ ਬਾਣੀ ਹੈ ਨਾ ਜੀ ਤੇ ਜਦੋਂ ਕਿਤੇ ਆ ਜੇ ਨਾ ਜੀ 20ਵੀਂ ਅਸ਼ਟਪਦੀ ਫਿਰ ਸੌਖਾ ਸਾ ਆਉਂਦਾ ਵੀ ਹਾਂ ਹੁਣ ਭੋਗ ਪੈਣ ਲੱਗਾ ਜੀ ਹੁਣ ਛੇਤੀ ਭੋਗ ਪੈ ਜਾਏਗਾ ਜੀ ਹਾਂਜੀ ਉਹ ਆਪਾਂ ਐਂਦੀ ਕਰੀਦਾ ਜੀ ਬਹੁਤੇ ਚਲੋ ਸੁਰਤ ਕਰਕੇ ਬੜੇ ਸਿੱਖ ਨੇਮ ਕਰਦੇ ਆ ਜੀ ਹਾਂਜੀ ਇੱਕ ਸਿੰਘ ਮੈਨੂੰ ਦਰਸ਼ਨ ਹੋਏ ਉਹ 15 ਪਾਠ ਸੁਖਮਨੀ ਸਾਹਿਬ ਜੀ ਦੇ ਰੋਧ ਕਰਦਾ ਜੀ ਹਾਂਜੀ ਮੈਂ ਪੁੱਛਿਆ ਜੀ ਕਿੰਨਾ ਕ ਸਮਾਂ ਲੱਗਦਾ ਜੀ ਕਹਿੰਦਾ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਮਸਾਂ ਹੀ 15 ਮਿੰਟ ਲੱਗਦੇ ਜੀ ਮੈਂ ਤਰਕ ਨਹੀਂ ਕੀਤੀ ਜੀ ਕਿਉਂ ਮੈਨੂੰ ਪਤਾ ਸੁਰਤ ਕਰਕੇ ਅਭਿਆਸ ਹੋ ਜਾਵੇ ਤੇ ਹੋ ਵੀ ਜਾਂਦਾ ਜੀ ਹੋ ਜਾਂਦਾ ਜੀ ਗੁਰੂ ਸਾਹਿਬ ਆਪ ਬੋਲ ਕੇ ਕਰ ਰਹੇ ਆ ਜੀ ਉੱਚੇ ਸੁਰਤ ਕਰ ਰਹੇ ਆ ਇੱਕ ਚਾਲ ਵਿੱਚ ਕਰ ਰਹੇ ਆ ਤੇ ਬੜੇ ਹੀ ਪਿਆਰ ਦੇ ਨਾਲ ਪਾਠ ਕਰ ਰਹੇ ਆ ਜੀ ਸੁਖਮਨੀ ਸਾਹਿਬ ਜੀ ਦੀ ਬਾਣੀ ਤਾਂ ਐਸੀ ਆ ਬੰਦਾ ਪੜੇ ਬੜੀ ਸਹਜੇ ਹੀ ਸਮਝਾਈ ਜਾਂਦੀ ਦੀ ਹਾਂਜੀ ਸਿੱਖਿਆ ਨ ਕੇਰ ਉਦਾਰਨ ਕਰਨ ਸੱਚੇ ਪਾਤਸ਼ਾਹ ਗਰੀਬ ਨਿਵਾਦ ਸਿੱਖਾਂ ਦੇ ਉਦਾਰ ਵਾਸਤੇ ਸੁਣਿਓ ਧਿਆਨ ਨਾਲ ਹਾਂਜੀ ਪਰਹ ਰੀਤ ਇਮ ਕਰਹਿ ਉਚਾਰਨ ਵੀ ਸਿੱਖਾਂ ਵਿੱਚ ਰੀਤ ਪੈ ਜੇ ਇਸ ਕਰਕੇ ਬਾਣੀ ਉਚਾਰ ਰਹੇ ਮਹਾਰਾਜ ਮੁਖਵੰਦੀ ਵੀ ਸਿੱਖ ਪਿਆਰ ਦੇ ਨਾਲ ਪਾਠ ਕਰਿਆ ਕਰਨ ਸੁਖਮਣੀ ਸਾਹਿਬ ਜੀ ਦਾ ਇੱਕ ਸੋਰਚ ਉੱਚੀ ਕਰਿਆ ਕਰਨ ਜੀ ਹਾਂਜੀ ਸੰਗਤਾਂ ਫਿਰ ਕਰਦੀਆਂ ਜੀ ਇਹੋ ਨਿਦਾਨ ਜਪੈ ਮਨ ਕੋਏ ਸਭ ਜੋਗ ਮੈਂ ਹੈ ਤਾਂ ਕੀ ਗੁਣ ਗੋਬਿੰਦ ਨਾਮ ਧੁਨਾਰੀ ਸਿਮਰਤ ਸਾਸਤਰ ਬੇਦ ਬਖਾਂ ਸਗਲ ਮਤਾਂਤ ਕੇਵਲ ਹਰ ਨਾਮ गोबिंद भगत कै मन बेस कोट अपराध साद संग मिटै संत कृपा ते जम ते जाक मस्तक करम प्रब आए ਸਾਦ ਸਰਣ ਨਾਨਕ ਤੇ ਆਏ ਸਿੱਖਾਂ ਚ ਰੀਤ ਪੈਦਾ ਹੋਵੇ ਇਸ ਕਰਕੇ ਪਿਆਰ ਨਾਲ ਉੱਚੀ ਪਾਠ ਕਰਨ ਦੇ ਵੀ ਸਿੱਖ ਵੀ ਇਕੱਠੇ ਹੋ ਕੇ ਇੰਜ ਪਾਠ ਕਰਨ ਜੀ ਹੁਣ ਇੱਕ ਜਿਹੜਾ ਤੁਸੀਂ ਪਤਾ ਪੜਿਆ ਨਾ ਜੀ ਇਹਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਇੰਨੇ ਕਮਾਲ ਦੇ ਬਚਨ ਕਹੇ ਐ ساری ਧਰਤੀ ਵੇਚ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਦੇ ਦਈਏ ਤੇ ਮੁੱਲ ਨਹੀਂ ਤਾਰਿਆ ਜਾ ਸਕਦਾ ਮਾਰਾ ਕਹਿੰਦੇ ਇਹੋ ਨਿਧਾਨ ਜਪੈ ਜਨਕ ਹੋਏ ਸੁਖਮਣੀ ਸਭ ਖਜ਼ਾਨਾ ਦੇ ਮਹਾਰਜ ਕਹਿਣ ਲੱਗੇ ਜਿਹੜਾ ਇਹਨੂੰ ਜਪੇਗਾ ਸਭ ਯੁਗ ਮਹਿ ਤਾਂ ਕੀ ਗਤ ਹੋਏ ਹਰ ਯੁਗ ਹੋਵੇ ਭਾਵੇਂ ਤ੍ਰੇਤਾ ਦੁਆਪਰ ਕਾਲ ਯੁਗ ਜਾਂ ਕਾਲ ਯੁਗ ਤੋਂ ਬਾਅਦ ਜਿਹੜਾ ਮਰਦੀ ਯੁਗ ਆਜੇ ਹਰ ਯੁਗ ਵਿੱਚ ਉਹਦਾ ਭਲਾ ਹੋਏਗਾ ਜਿਹੜਾ ਇਹ ਖਜ਼ਾਨਾ ਜਪੇਗਾ ਕਹਿਣ ਲੱਗੇ ਗੋਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਚ ਰਾਮ ਰੱਬ ਦਾ ਨਾਮ ਗੋਬਿੰਦ ਦੇ ਭਗਤਾਂ ਦੇ ਹਿਰਦੇ ਤੇ ਵਸਦਾ ਮਹਾਰਾਜ ਕਹਿਣ ਲੱਗੇ ਇਹ ਸਿੱਖਾਂ ਚ ਰੀਤ ਪੈਦਾ ਹੋਵੇ ਤਾਂ ਮਹਾਰਾਜ ਪਾਠ ਕਰ ਰਹੇ ਇਸ ਤਰ੍ਹਾਂ ਹਾਂਜੀ ਤੇਹ ਬੈਠੇ ਪ੍ਰਤੀ ਹੋਏ ਗਈ ਉੱਥੇ ਬੈਠਿਆਂ ਪਾਠ ਕਰਦਿਆਂ ਕਰਦਿਆਂ ਸਾਧ ਸੰਗਤ ਦੀ ਪ੍ਰਤੀ ਭਾਵ ਸਵੇਰ ਚੜ ਗਏ ਦਸੋਂ ਦਿਸ਼ ਪ੍ਰਕਾਸ਼ ਜੁਤ ਭਈ ਸਾਰੇ ਪਾਸੇ ਚਾਨਣ ਹੋ ਗਿਆ ਹਾਂਦੀ ਆਏ ਰਬਾਬੀ ਚੌਂਕੀ ਕੀ ਨਾ ਰਬਾਬੀ ਸਿੱਖਾਂ ਨੇ ਆ ਕੇ ਬਿਲਾਵਲ ਦੀ ਚੌਂਕੀ ਲਾਈ ਗਾਏ ਬਿਲਾਵਲ ਰਾਗ ਪਰਬੀਨ ਬੜੇ ਸਿਆਣੇ ਬਿਲਾਵਲ ਰਾਗ 'ਚ ਕੀਰਤਨ ਕਰ ਰਹੇ ਜੀ ਰਾਗ ਦੇ ਵਿੱਚ ਦੀ ਹਾਂਜੀ ਕਿਤਿਕ ਧੀਰ ਲਉ ਲਗਿਓ ਦੀਵਾਨ ਕਾਫੀ ਧੀਰ ਤੱਕ ਦੀਵਾਨ ਲੱਗਾ ਰਿਹਾ ਮਹਾਰਾਜ ਦੇ ਚਰਨਾਂ 'ਚ ਹਾਂਜੀ ਪਰਿਓ ਸ਼ਬਦ ਕੋ ਭੋਗ ਸੋ ਜਾਨ ਫਿਰ ਕੀਰਤਨ ਦਾ ਭੋਗ ਪਿਆ ਜੀ ਹਾਂਜੀ ਆਏ ਲਾਂਗਰੀ ਥਿਰਿਓ ਅਗਾਰੀ ਲਾਂਗਰੀ ਆਇਆ ਸੱਚੇ ਪਾਤਸ਼ਾਹ ਜੀ ਕੋ ਮਹਾਰਾਜ ਹੈ ਤਿਆਰ ਅਹਾਰੇ ਸੱਚੇ ਪਾਤਸ਼ਾਹ ਗੱਫਾ ਤਿਆਰ ਹੈ ਪ੍ਰਸ਼ਾਦਾ ਤਿਆਰ ਹੈ ਮਹਾਰਾਜ ਹਾਂਜੀ ਕਾਹੇ ਉਹ ਆਨ ਸੋ ਤਤਸ਼ਿਨ ਖਾਇਓ ਤੇ ਸਾਧ ਸੰਗਤ ਜੀ ਫਿਰ ਮਹਾਰਾਜ ਗਰੀਬ ਨਿਵਾਜ ਜੀ ਭੋਜਨ ਛਕਦੇ ਆ ਕਿੰਦ ਹਾਂਜੀ ਇਤਨੇ ਮੈਂ ਇੱਕ ਸਿੱਖ ਚਲ ਆਇਓ ਇੰਨੇ ਚਿਰ ਨੂੰ ਇੱਕ ਸਿੱਖ ਮਹਾਰਾਜ ਕੋਲ ਆਇਆ ਜੀ ਜਦੋਂ ਮਹਾਰਾਜ ਨੇ ਪ੍ਰਸ਼ਾਦਾ ਛਕ ਲਿਆ ਨਾ ਜੀ ਉੱਥੇ ਕਰਤਾਰਪੁਰ ਸਾਹਿਬ ਦਾ ਇੱਕ ਸਿੱਖ ਆਇਆ ਮਹਾਰਾਜ ਕੋਲ ਹਾਂਜੀ ਸੁਣੀਏ ਹੈ ਗੁਰੂ ਗਰੀਬ ਨਿਵਾਜ ਏ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਾਰਾ ਮੇਰੀ ਬੇਨਤੀ ਸੁਣੋ ਹਾਂਜੀ ਸੰਤ ਤੇਜ ਰਛਿਆ ਤੁਮ ਕਾਜ ਸੱਚੇ ਪਾਸ਼ਾ ਸੰਤਾਂ ਦੀ ਗਾਂ ਦੀ ਗਊ ਗਰੀਬ ਦੀ ਰੱਖਿਆ ਵਾਸਤੇ ਮਹਾਰਾਜ ਆਪ ਧਰਤੀ ਤੇ ਆਏ ਹੋ ਹਾਂਜੀ ਇਸ ਥਲ ਤੇ ਕੇਹਰ ਇਕ ਨੇਰੇ ਇਸ ਥਲ ਤੇ ਕੇਹਰ ਇਕ ਨੇਰੇ ਸੱਚੇ ਪਾਸ਼ਾ ਇੱਥੇ ਲੱਗ ਗਈ ਇੱਕ ਕੇਰੀ ਸ਼ੇਰ ਰਹਿੰਦਾ ਹੈ ਮੈਂ ਅੱਗੇ ਵੀ ਬੜੀ ਬੜੀ ਤੁਹਾਨੂੰ ਬੇਨਤੀ ਕੀਤੀ ਸ਼ੇਰ ਤੇ ਕੇਰੀ ਸ਼ੇਰ 'ਚ ਫਰਕ ਹੁੰਦਾ ਹੈ ਜੀ ਕੇਹਰ ਕੇਹਰ ਨਾਮ ਕੇਰੀ ਸ਼ੇਰ ਦਾ ਇੱਕ ਸ਼ੇਰ ਚ ਬੜੀ ਤਾਕਤ ਹੁੰਦੀ ਆ ਜੀ ਆਮ ਬੰਦਾ ਲੜ ਨਹੀਂ ਸਕਦਾ ਦੋ ਥਾਣਾ ਕਬੇ ਮੈਂ ਸ਼ੇਰ ਨਾਲ ਲੜਪਾਂ ਮੂਰਖਤਾਈ ਹੈ ਹਾਂਜੀ ਇੱਕ ਸ਼ੇਰ ਚ ਬੜੀ ਤਾਕਤ ਹੈ 100 ਸ਼ੇਰ ਇਕੱਠਾ ਕਰੋ ਤੇ ਇੱਕ ਬੱਬਰ ਸ਼ੇਰ ਬਣਦਾ ਹੈ ਜੀ ਬੱਬਰ ਸ਼ੇਰ ਚ ਇੰਨੀ ਤਾਕਤ ਹੁੰਦੀ 100 ਸ਼ੇਰਾਂ ਜਿੰਨੀ ਤਾਕਤ ਇਕੱਲੇ ਬੱਬਰ ਸ਼ੇਰ ਚ ਹੁੰਦੀ ਜੀ ਤੇ 100 ਬੱਬਰ ਸ਼ੇਰ ਇਕੱਠਾ ਕਰੋ ਤੇ ਇੱਕ ਕੇਰੀ ਸ਼ੇਰ ਬਣਦਾ ਹੈ ਜੀ ਸੋ ਕੇਰੀ ਸ਼ੇਰ ਇਕੱਠਾ ਕਰੋ ਇੱਕ ਸਾਰਦੂਲ ਬਣਦਾ ਜੀ ਹੁਣ ਕੇਰੀ ਸ਼ੇਰ ਹੈ ਜੀ ਕੇਰੀ ਸ਼ੇਰ ਭਾਵ ਆਮ ਸ਼ੇਰ ਜਿੰਨੇ ਨਾ ਜੀ ਹਜ਼ਾਰ ਸ਼ੇਰਾਂ ਦੀ ਤਾਕਤ ਇੱਕ ਕੇਰੀ ਸ਼ੇਰਤ ਹੁੰਦੀ ਹੈ ਜੀ ਆਮ ਦੀ ਮਹਾਰਾਜ ਇਥੇ ਕੇਰੀ ਸ਼ੇਰ ਰਹਿੰਦਾ ਹੈ ਕੇਰੀ ਸ਼ੇਰ ਮਾਰਤ ਹੈ ਹਾਂ ਜੀ ਮਾਰਤ ਹੈ ਨਿਤ ਜੀਵ ਕਨੇਰੇ ਸੱਚੇ ਪਾਛਾ ਬੜੇ ਜੀਵਾਂ ਨੂੰ ਉਹ ਮਾਰਦਾ ਜਦੋਂ ਆਉਂਦਾ ਸ਼ਿਕਾਰ ਕਰਦਾ ਬੰਦੇ ਵੀ ਮਾਰ ਦਿੰਦਾ ਜਾਨਵਰ ਵੀ ਮਾਰ ਦਿੰਦਾ ਉਹ ਹੁਣ ਹੈ ਹੀ ਕਿਹੜੀ ਸ਼ੇਰ ਹੈ ਦੀ ਉਹ ਹਾਂਜੀ ਮਖੀ ਗਉ ਸਮੂਹ ਨਕੇਤ ਜੇ ਕਿਤੇ گاਵਾ ਮੱਝਾਂ ਕਿਤੇ ਨਿਕਲ ਪੈਣ ਬਾਰ ਤੇ ਉਹ ਆ ਜਾਵੇ ਹਾਂਜੀ ਗਇਓ ਪ੍ਰਾਤ ਮੈਂ ਚਾਰਨ ਹੇਤ ਤੇ ਫੇਰ ਮਹਾਰਾਜ ਜੋ ਬਣਦਾ ਇਹ ਉਹਨਾਂ ਨੂੰ ਹੀ ਪਤਾ ਅੱਜ ਮਹਾਰਾਜ ਸਵੇਰੇ ਮੈਂ گاਵਾ ਚਾਰਨ ਵਾਸਤੇ ਗਿਆ ਸਾਂ ਹਾਂਜੀ ਗੋਤਨ ਬਿਖੇ ਆਨ ਸੋ ਪਰਿਓ ਤੇ ਮਹਾਰਾਜ گاਵਾں ਦੇ ਵਗ ਵਿੱਚ ਆ ਕੇ ਉਹ ਸ਼ੇਰ ਵੜ ਗਿਆ ਕਿਹੜੀ ਸ਼ੇਰ ਹਾਂਜੀ ਮਾਰ ਕਿਤਕ ਕੋ ਘਾਇਲ ਕਰਿਓ ਕਈ گاਵਾں ਉਹਨੇ ਮਾਰੀਆਂ ਸੱਚੇ ਪਾਤਸ਼ਾਹ ਤੇ ਕਈ ਜ਼ਖਮੀ ਕਰ ਦਿੱਤੀਆਂ ਜੀ ਹਾਂਜੀ ਮੈਂ ਤੱਕ ਸ਼ਰਨ ਆਪ ਕੀ ਆਇਆ ਮੈਨੂੰ ਪਤਾ ਲੱਗਾ ਵੀ ਆਪ ਜੀ ਇੱਥੇ ਆਏ ਹੋ ਮੈਂ ਤੁਹਾਡੇ ਚਰਨਾ ਚ ਆਇਆ ਹਾਂ ਹਾਂਜੀ ਨਿਰਪੈ ਕਰਹੁ ਦੇਹੁ ਟਰਾਂਸਮਿਟਰੋ ਇਸ ਸ਼ੇਰ ਨੇ ਸਾਨੂੰ ਬੜਾ ਹੀ ਤੰਗ ਕੀਤਾ ਪਰੇਸ਼ਾਨ ਕੀਤਾ ਮਾਰ ਅਰੇ ਇਸ ਸ਼ੇਰ ਤੋਂ ਸਾਨੂੰ ਆਜ਼ਾਦੀ ਦਿਵਾਓ ਹਾਂਜੀ ਨਾਹੀਂ ਤਬਨ ਮੈਂ ਕਾਸ ਕਨੇਰੇ ਹਾਂਜੀ ਅਬ ਡਰ ਜਾਏ ਨਹੀਂ ਕੋਨੇ ਜੰਗਲ ਚ ਘਾਹ ਬਹੁਤ ਹੈ ਪਰ گاਵਾ ਚਰਨ ਨਹੀਂ ਜਾਂਦੀਆਂ ਮਾਰ ਡਰਦਾ ਕੋਈ ਜਾਂਦਾ ਹੀ ਨਹੀਂ ਉਸ ਪਾਸੇ ਹਾਂਜੀ ਸੋਣਾ ਸਤ ਗੁਰ ਤੈ ਧੀਰਜ ਦੀਨੋ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਧੀਰਜ ਦਿੱਤਾ ਜੀ ਉਹਨੂੰ ਮਹਾਰਾਜ ਕਹਿੰਦੇ ਹੌਸਲਾ ਰੱਖ ਕੋਈ ਗੱਲ ਨਹੀਂ ਹਾਂਜੀ ਦਾਸ ਸੰਗ ਐਸੇ ਬਚ ਕੀਨੋ ਆਪਣੇ ਸੇਵਕ ਨੂੰ ਮਹਾਰਾਜ ਨੇ ਇਸ ਤਰ੍ਹਾਂ ਬਚਨ ਕੀਤਾ ਤੂਰਨ ਆਨ ਤੁਰੰਗ ਹਮਾਰਾ ਮਹਾਰਾਜ ਕਹਿੰਦੇ ਛੇਤੀ ਸਾਡਾ ਘੋੜਾ ਲੈ ਕੇ ਆਓ ਹਾਂਜੀ ਸੋਨ ਤਾ ਹੁਕਮ ਕੋ ਜੀਨ ਸੁਧਾਰਾ ਉਹਨੇ ਉਸੇ ਵੇਲੇ ਹੀ ਘੋੜੇ ਤੇ ਕਾਠੀ ਪਾਈ ਘੋੜਾ ਤਿਆਰ ਬਰ ਤਿਆਰ ਕੀਤਾ ਤੈਨ ਦਾ ਵਿਧਿਆ ਆਦ ਜੇ ਸੂਰਮਾ ਤੈਨ ਦਾ ਖਾਂ ਵਿਧੀ ਚੰਦ ਸੂਰਮਾ ਗੁਰੂ ਜੀ ਦੇ ਹਾਂਜੀ ਤਿਆਰ ਤੁਰਤ ਲੱਖ ਚੜੇ ਹਜੂਰ ਉਹ ਵੀ ਛੇਤੀ ਨਾਲ ਤਿਆਰ ਹੋ ਕੇ ਮਹਾਰਾਜ ਜੀ ਦੇ ਚਰਨਾਂ 'ਚ ਆ ਗਏ ਜੀ ਹਾਂਜੀ ਹੈ ਕੋ ਹੀਰ ਜੋ ਹੋਇਓ ਤਿਆਰ ਕਿਉਂ ਉਹ ਘੋੜੇ ਨੂੰ ਤਿਆਰ ਵੇ ਕੇ ਆਪ ਤਿਆਰ ਹੋਗੇ ਦੀ ਆਖੋ ਵਾਹਿਗੁਰੂ ਵਾਹਿਗੁਰੂ ਇੰਨੇ ਸਾਵਧਾਨ ਚਾਹੀ ਤੇ ਸਿੱਖ ਦੀ ਵੀ ਮਾਰਾ ਦਾ ਘੋੜਾ ਤਿਆਰ ਹੋਇਆ ਇਹਦਾ ਮਤਲਬ ਜਾਣਾ ਹੀ ਆ ਕਿਤੇ ਤੇ ਇੱਥੇ ਵਾਜਾਂ ਮਾਰਦੇ ਮਾਰਦੇ ਥੱਕ ਜੋ ਤਿਆਰ ਹੀ ਨਹੀਂ ਹੁੰਦੇ ਜੀ ਆਖੋ ਵਾਹਿਗੁਰੂ ਵਾਹਿਗੁਰੂ ਹਾਂਜੀ ਤਿਆਰ ਹੀ ਨਹੀਂ ਹੁੰਦੇ ਸਵੇਰੇ ਗਰੰਥੀ ਸਿੰਘ ਕਿਸੇ ਦੇ ਘਰ ਸਰੂਪ ਲੈਣ ਜਾਣਾ ਤਰਲੇ ਲੈਣ ਤੇ ਤੁਰਪੋ ਤੁਰਪ ਤਿਆਰ ਹੀ ਨਹੀਂ ਹੁੰਦੇ ਜੀ ਥੇਤੀ ਤਿਆਰ ਹੀ ਨਹੀਂ ਹੁੰਦੇ ਜੀ ਬਾਬਾ ਬਿਧੀ ਚਾਂਦੀ ਨੇ ਵੇਖਿਆ ਵੀ ਘੋੜਾ ਤਿਆਰ ਹੋ ਗਿਆ ਪੈਂਦੇ ਖਾਨ ਨੇ ਵੇਖਿਆ ਘੋੜਾ ਤਿਆਰ ਹੋ ਗਿਆ ਉਸੇ ਵੇਲੇ ਉਹ ਵੀ ਤਿਆਰ ਹੋ ਗਏ ਜੀ ਹਾਂਜੀ ਸਤ ਗੁਰ ਭਏ ਤੁਰਤ ਅਸਵਾਰ ਮਹਾਰਾਜ ਗਰੀਬ ਨਿਵਾਜ ਅਸਵਾਰ ਹੋ ਗਏ ਸੰਗ ਸਪਟ 100 ਚੜ ਚਾਲੇ ਸਾਧ ਸੰਗਤ ਜੀ 100 ਸੂਰਬੀਰ ਯੋਧੇ ਮਹਾਰਾਜ ਜੀ ਦੇ ਨਾਲ ਤੁਰ ਪਏ ਹਾਂਜੀ ਅੱਗੇ ਕਰ ਸਿੱਖ ਗਮਨੇ ਨਾਲੇ ਕੁਝ ਅੱਗੇ ਨੂੰ ਕੁਝ ਪਿੱਛੇ ਨੂੰ ਜੈਂ ਦੇਖਿਓ ਸੋ ਥਾਨ ਦਿਖਾਵਾ ਉਹ ਸਿੱਖ ਵੀ ਨਾਲ ਚੱਲ ਪਿਆ ਮਹਾਰਾਜ ਨੇ ਉਹਨੂੰ ਅੱਗੇ ਲਾਇਆ ਵੀ ਕਿੱਥੇ ਕੋ ਸ਼ੇਰ ਰਹਿੰਦਾ ਏ ਸਾਨੂੰ ਦੱਸ ਹਾਂਜੀ ਜਾਏ ਪ੍ਰਵੇਸ਼ ਬਨ ਕੇ ਥਾਵਾ ਤੇ ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਫਿਰ ਜੰਗਲ ਵਿੱਚ ਉਸ ਪਾਸੇ ਨੂੰ ਤੁਰ ਪਏ ਪ੍ਰਵੇਸ਼ ਕਰ ਗਏ ਕਨਨ ਗਾਡੋ ਬਹੁਤ ਬਿਲੋਕਾ ਸੰਘਣਾ ਜੰਗਲ ਸੀਗਾ ਜੀ ਬੜਾ ਸੰਘਣਾ ਜੰਗਲ ਸੀਗਾ ਜੀ ਹਾਂਜੀ ਜਹਾ ਗਮਨ ਹੈ ਕੋ ਮਗ ਰੁਕਾ ਉੱਥੇ ਫਿਰ ਅੱਗੇ ਜਾ ਕੇ ਘੋੜੇ ਦਾ ਲੰਘਣਾ ਮੁਸ਼ਕਲ ਸੀ ਇੰਨਾ ਸੰਘਣਾ ਜੰਗਲ ਸੀਗਾ ਜੀ ਹਾਂਜੀ ਤੈਂ ਸਿੱਖ ਨੇ ਸੋ ਥਾਨ ਬਤਾਇਓ ਉਧਰੋਂ ਫਿਰ ਸਿੱਖ ਨੇ ਦੱਸ ਦਿੱਤਾ ਜੰਗਲ ਚ ਮਹਾਰਾਜੋ ਥਾਂ ਤੇ ਸ਼ੇਰ ਦੀ ਜਿੱਥੇ ਰਹਿੰਦਾ ਝੜੀ ਬਣਾਈ ਹੁੰਦੀ ਈ ਇਨਾ ਵੀ ਹਾਂਜੀ ਕੇ ਹਰ ਤਹ ਨਦਰ ਨਹ ਆਇਓ ਪਰ ਸ਼ੇਰ ਉਥੇ ਵਿਖਦਾ ਹੀ ਨਹੀਂ ਆਪਣੇ ਘਰ ਆਇ ਨਹੀਂ ਸੀਗਾ ਜੀ ਉਹ ਕੇਰੀ ਸ਼ੇਰ ਹਾਂਜੀ ਗੁਰ ਲਾਗੇ ਤੈ ਕਰਨ ਅਖੇਰੇ ਹਾਂ ਮਹਾਰਾਜ ਫਿਰ ਉਥੇ ਲਾਗੇ ਲਾਗੇ ਜੀਵਾਂ ਦਾ ਭਲਾ ਕਰਨ ਲੱਗ ਪਏ ਸ਼ਿਕਾਰ ਖੇਡਣ ਲੱਗ ਪਏ ਹਾਂਜੀ ਸੂਕਰ ਸਸੇ ਮਿਰਗਾਨ ਕਨੇਰੇ ਸੂਰ ਸਹਿ ਹਿਰਣ ਮਾਰਨ ਉਥੇ ਸ਼ਿਕਾਰ ਕੀਤੇ ਉਹਨਾਂ ਨੂੰ 84 ਲੱਖ ਜੂਨ ਤੋਂ ਛੁੱਟੀ ਦਿੱਤੀ ਮਹਾਰਾਜ ਨੇ ਹਾਂਜੀ ਸਬਸੋ ਕਹਿਓ ਖੋਜੀਐ ਸ਼ੇਰ ਤੇ ਮਹਾਰਾਜ ਸਾਰਿਆਂ ਨੂੰ ਕਹਿੰਦੇ ਵੀ ਸ਼ੇਰ ਲੱਭੋ ਭਾਈ ਹਾਂਜੀ ਇਤ ਉਤ ਫਿਰ ਕਰ ਲੀਜੈ ਹੈ ਇਧਰ ਉਧਰ ਫਿਰ ਕੇ ਵੇਖੋ ਸ਼ੇਰ ਕਿੱਥੇ ਕੂ ਹੈ ਹਾਂਜੀ ਆਮਖ ਖਾਏ ਤ੍ਰਿਪਤ ਹੋਏ ਪਰਿਓ ਹਾਂਜੀ ਨਹਿ ਗਮਨਿਓ ਕੇ ਤੋ ਉਧਰ ਜੇ ਭਰਿਓ ਸੱਚੇ ਪਾਤਸ਼ਾਹ ਕਹਿੰਦੇ ਮਾਸ ਖਾ ਕੇ ਰੱਜਿਆ ਸੁਤਾ ਹੋਣਾ ਕਿਤੇ ਸ਼ੇਰ ਦੀ ਨੀਂਦ ਬੜੀ ਗੂੜੀ ਚ ਸੱਤਾ ਵੇ ਸਹੀਂ ਰੱਜ ਕੇ ਰਹੀ ਇਹ ਜਿਵੇਂ ਬੰਦਾ ਸੌਂਦਾ ਨਾ ਰੱਜ ਕੇ ਸ਼ੇਰ ਰੱਜ ਕੇ ਸੌਂਦਾ ਜੀ ਫਿਰ ਹਾਂਜੀ ਸੌਪਤ ਹੋ へ ਕਿਸ ਝਾਰ ਮਝਾਰਾ ਜੀ ਕਹਿ ਲੱਗੇ ਕਿ ਇਹ ਝਾੜੀ ਤੇ ਸੱਤਾ ਹੋਏਗਾ ਹਾਂਜੀ ਕਰ ਹੋ ਤੁਫੰਗਨ ਕੋ ਕੜਕਾਰ ਦੋ ਤਿੰਨ ਬੰਦੂਕਾਂ ਚਲਾਓ ਖੜਕਾ ਹੋਵੇ ਉੱਠੇ ਸ਼ੇਰ ਹਾਂਜੀ ਇਹਤੋ ਉੱਤੇ ਗਨ ਤੁਪਕ ਚਲਾਈ ਇਧਰ ਉਧਰੋਂ ਉਹਨਾਂ ਫਿਰ ਤੁਪਕਾਂ ਚਲਾਈਆਂ ਗੋਲੀਆਂ ਚਲਾਈਆਂ ਗੁਰੂ ਕੇ ਸਿੱਖਾਂ ਨੇ ਜਾਗਿਓ ਸ਼ੇਰ ਲੀਨ ਅੰਗੁਰਾਈ ਵਾਹਿ ਦੀ ਵਾਹਿ ਸ਼ੇਰ ਵੀ ਫਿਰ ਜਾਗ ਪਿਆ ਜੀ ਅੰਗੜਾਈ ਲਿੱਤੀ ਮਹਾ ਕੇਹਰੀ ਪੀਖਣ ਭਾਰਾ ਵਾਹਿ ਜੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਬੜਾ ਮਜ਼ਬੂਤ ਬੜਾ ਬਲ ਵਾਲਾ ਉਹ ਕੇਰੀ ਸ਼ੇਰ ਹੈ ਜੀ ਹਾਂਜੀ ਵੱਡੀ ਬੇਲ ਲਾਂ ਗੁਲ ਵੱਡ ਧਾਰਾ ਉਸ ਹੀ ਬੜੀ ਵੱਡੀ ਡਰਾਉਣੀ ਐ ਜੀ ਉਹਦੀ ਹਾਂਜੀ ਮੁਖ ਵਿਸਾਰ ਕਰ ਤਬ ਜੰਪਾਇਓ ਉਹਨੇ ਫਿਰ ਮੂੰਹ ਖੋਲ ਕੇ ਬਾਸੀ ਲਈ ਦੀ ਪੂਰੀ ਜੋਰ ਦੀ ਜੀ ਹਾਂਜੀ ਗਰਜਿਓ ਪੂਰ ਸਬੈਨ ਸੁਣ ਪਾਇਓ ਤੇ ਫਿਰ ਬਾਸੀ ਲੈ ਕੇ ਨਾ ਜੀ ਉਹ ਬਾਸੀ ਲੈ ਕੇ ਗੱਜਿਆ ਜੀ ਉਹਨੂੰ ਕਹਿੰਦੇ ਗਰਜਣਾ ਗਰ ਰਿਆ ਜੀ ਹਾਂਜੀ ਦੇਖਮ ਸਥਾਨ ਚਾਰ ਕੇ ਤਰੇ ਹਾਂਜੀ ਤਹਾਂ ਬਿ ਲੋਕਿਓ ਪਟ ਸੁਧ ਕਰੇ ਜਦੋਂ ਉਹ ਸਾਧ ਸੰਗਤ ਜੀ ਗਰਦਿਆ ਤੇ ਸੁਰਬੀਰਾਂ ਨੂੰ ਪਤਾ ਲੱਗ ਗਿਆ ਵੀ ਉਹ ਜਿਹੜੀਆਂ ਸੰਗੜੀਆਂ ਝਾੜੀਆਂ ਨਾ ਉਹਨਾਂ ਦੇ ਵਿੱਚ ਉਹ ਦਹਾੜ ਰਿਆ ਹਾਂਜੀ ਸੋਣ ਗੁਰ ਬਲੀ ਤਹਾਂ ਚਲ ਗਏ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਸ਼ੇਰ ਦਹਾੜਿਆ ਸਾਧ ਸੰਗਤ ਜੀ ਦੱਸਦੇ ਆ ਸ਼ੇਰ ਦੀ ਦਹਾੜ ਚ ਇਹਨਾਂ ਬੱਲ ਹੁੰਦਾ ਰੁੱਖਾਂ ਤੋਂ ਪੱਤੇ ਡਿੱਗ ਜਾਂਦੇ ਆ ਜੀ ਫਲ ਡਿੱਗ ਜਾਂਦੇ ਆ ਏਡੀ ਏਡੀ ਜ਼ਬਰਦਸਤ ਤਰੀ ਦਹਾੜ ਹੁੰਦੀ ਹੈ ਕੋਈ ਲਾਗੇ ਨਹੀਂ ਜਾਂਦਾ ਜਿਹੜੇ ਆਮ ਜਾਨਵਰ ਹੁੰਦੇ ਆ ਨਾ ਘੋੜੇ ਹਾਥੀ ਲੈ ਦੋਨਾਂ ਦੀ ਉੱਥੇ ਨਿਕਲ ਜਾਂਦੀ ਹੈ ਗਾਂ ਪੈਰ ਨਹੀਂ ਵਧਾਉਂਦੇ ਸੱਚੇ ਪਾਤਸ਼ਾਹ ਪੈਦਲ ਨੇ ਮਹਾਰਾਜ ਅੱਗੇ ਹੋਏ ਦੀ ਉਸ ਪਾਸੇ ਜਿੱਦਾਂ ਸ਼ੇਰ ਹੈ ਨਾ ਗੁਰੂ ਆਰ ਗੋਬਿੰਦ ਸਾਹਿਬ ਤੁਰ ਕੇ ਜਾਂਦੇ ਆ ਜੀ ਹਾਂਜੀ ਕੇ ਹਰ ਭੀਖਣ ਦੇਖਤ ਭਏ ਮਹਾਰਾਜ ਲਗਭਗ ਲਾਗੇ ਪਹੁੰਚ ਗਏ ਤੇ ਉਸ ਭਿਆਨਕ ਸ਼ੇਰ ਨੂੰ ਕਿਹੜੀ ਸ਼ੇਰ ਨੂੰ ਮਹਾਰਾਜ ਜੀ ਨੇ ਦੇਖਿਆ ਵਿਖਮ ਥਾਨ ਸੋ ਖਰਿਓ ਨਿਹਾਰਿਓ ਮਹਾਰਾਜ ਜੀ ਕੀ ਵੇਖਦੇ ਵੀ ਬੜਾ ਐ ਝਾੜੀਆਂ ਦੇ ਵਿੱਚ ਦੇ ਵੜਿਆ ਹੋਇਆ ਹਾਂਜੀ ਹੈ ਤੇ ਉਤਰਨ ਹਿਦੈ ਵਿਚਾਰਿਓ ਸੱਚੇ ਪਾਸ਼ਾ ਦੇ ਘੋੜੇ ਤੇ ਆ घोड़े ਤੋਂ ਉਤਰਨਾ ਮਾਰਾ ਨੇ ਸੁੱਟਿਆ ਫੁਰਨਾ ਬਣਾਇਆ ਨਹੀਂ ਤੂਫੰਗ ਸੰਗ ਇਸ ਮਾਰੇ ਵਾਹ ਵਾਹ ਮਾਰਾ ਕਹਿੰਦੇ ਗੋਲੀ ਨਹੀਂ ਮਾਰਨੀ ਇਹਨੂੰ ਆਖ ਵਾਹਿਗੁਰੂ ਵਾਹਿਗੁਰੂ ਗੋਲੀ ਨਹੀਂ ਮਾਰਨੀ ਹਾਂਜੀ ਖੜਗ ਸੇ ਪਰ ਗਹਿ ਸਮੁਖ ਸੰਘਾਰੇ ਹੱਥੀ ਮਾਰਾਂਗੇ ਤਲਵਾਰ ਨਾਲ ਮਾਰਨ ਲੱਗੇ ਖੜਗ ਨਾਲ ਮਾਰਨਾ ਢਾਲ ਨਾਲ ਮਾਰਨਾ ਹਾਂਜੀ ਨਹੀਂ ਤੁਰੰਗ ਚਲਾਵਣ ਥਾਨ ਤੇ ਘੋੜਾ ਤੱਕੇ ਜਾ ਨਹੀਂ ਸਕਦਾ ਜੀ ਅੱਗੇ ਬਹੁਤੀ ਪੀੜੀ ਥਾਂ ਹੈ ਹਾਂਜੀ ਕੰਟਕ ਜੁਤ ਤਰ ਖਰੇ ਮਹਾਨ ਕਿਉਂ ਕੰਡਿਆਂ ਵਾਲੀਆਂ ਸੰਘੜੀਆਂ ਝਾੜੀਆਂ ਨੇ ਘੋੜੇ ਨੂੰ ਵੀ ਵੱਡਣੀਆਂ ਸੀਗੀਆਂ ਜੀ ਹਾਂਜੀ ਦੀਰਗ ਦਾੜ ਹੈ ਦਾਰੁਨ ਟੁੰਡ ਉਹ ਤਾਂ ਵੱਡੇ ਵੱਡੇ ਦੰਦਾਂ ਵਾਲਾ ਬੜਾ ਭਿਆਨਕ ਚਿਹਰਾ ਜੀ ਸ਼ੇਰ ਦਾ ਇਹ ਕਥਾਈ ਕਰ ਸਕਦੇ ਨਾ ਗਏ ਵੀ ਨਹੀਂ ਜਾ ਸਕਦੇ ਜੀ ਆ ਕੋ ਵਾਇਕਰੂ ਸ਼ੇਰ ਹੈ ਕੋਈ ਖੇਡ ਥੋੜੀ ਹੈਗੀ ਆ ਜੀ ਹਾਂ ਜੀ ਆ ਜਿਹੜੇ ਨੈਟ ਤੇ ਫੋਟੋਆਂ ਪਾਉਂਦੇ ਨਾ ਸ਼ੇਰਾਂ ਨਾਲ ਇਹ ਪਾਲਤੂ ਹੁੰਦੇ ਆ ਪਾਲਤੂ ਸ਼ੇਰ ਤਾਂ ਕੁੱਤੇ ਵਰਗਾ ਹੁੰਦਾ ਸਾਥ ਸੰਗਤ ਜੀ ਹਾਂ ਜੀ ਸ਼ੇਰ ਹੈ ਜੰਗਲੀ ਸ਼ੇਰ ਹੈ ਹਾਂ ਜੀ ਪਾਗ ਕੇ ਨਖ ਤੀਖੇ ਸੋ ਪਰਾਂ ਦੇ ਨੋਂ ਬੜੇ ਬੜੇ ਤਿੱਖੇ ਆ ਉਹਦੇ ਹਾਂ ਜੀ ਈਕਨ ਸਟਾ ਉਠਾਏ ਟੌਰ ਤੇ ਗਰਦਨ ਤੇ ਵਾਲ ਵੀ ਬੜੇ ਸੰਘਣੇ ਆਂ ਜੀ ਉਹਦੇ ਹਾਂਜੀ ਦੇਤ ਤਰਾਸ ਜਨ ਪਖਿਅਤ ਦੌਰ ਸਾਧ ਸੰਗਤ ਜੀ ਲੰਮੇ ਲੰਮੇ ਉਹਦੇ ਵਾਲ ਐ ਬੜੇ ਡਰਾਉਣਾ ਜਾਂ ਉਹਦਾ ਮੂੰਹ ਬਣਿਆ ਜੀ ਸ਼ੇਰ ਦਾ ਹਾਂਜੀ ਵੱਡੇ ਪਖਾਰ ਗਾਤ ਪਰ ਪਰੇ ਉਹਦੇ ਸਰੀਰ ਤੇ ਨਾ ਵੱਡੀਆਂ ਵੱਡੀਆਂ ਚਿੱਟੀਆਂ ਚਿੱਟੀਆਂ ਧਾਰੀਆਂ ਬਣੀਆਂ ਹੋਈਆਂ ਸ਼ੇਰ ਦੇ ਹਾਂਜੀ ਮਨੋ ਗਿਰ ਪਰ ਐ ਸੰਸਰੇ ਕਹਿ ਲੱਗੇ ਮਨੋ ਇਸ ਤਰ੍ਹਾਂ ਵੀ ਜਿਵੇਂ ਪਹਾੜ ਦੇ ਉੱਤੇ ਸੱਪ ਨਹੀਂ ਡਿੱਗਣਦੇ ਹੁੰਦੇ ਜੀ ਇਸ ਤਰ੍ਹਾਂ ਦੀਆਂ ਧਾਰਾਂ ਬਣੀਆਂ ਸ਼ੇਰ ਦੇ ਉੱਤੇ ਹਾਂਜੀ ਸ਼੍ਰੋਣਿਤ ਰੰਗੀ ਆਂਖ ਮਨੋ ਹੈ ਅੱਖਾਂ ਲਾਲ ਰੰਗ ਦੀਆਂ ਕੀਤੀਆਂ ਛੇਰ ਨੇ ਪੂਰੀਆਂ ਜੀ ਹਾਂਜੀ ਉਦਰ ਬਿਸਦ ਜਹ ਮਰੀਂਦਲ ਖਨੋ ਹੈ ਐ ਬੜਾ ਵੱਡਾ ਪਰ ਰੱਬ ਨੇ ਇੱਕ ਖੇਡ ਰੱਖੀ ਢਿੱਡ ਬੜਾ ਪੋਲਾ ਹੁੰਦਾ ਜੀ ਇਹਦਾ ਜੀ ਸ਼ੇਰ ਦਾ ਪੇਟ ਪੋਲਾ ਹੁੰਦਾ ਸਮਾਲ ਗਿਆ ਜੀ ਤੇ ਜੇ ਤੁਸੀਂ ਮੈਨੂੰ 2-3 ਮਿੰਟ ਦੀ ਆਗਿਆ ਦਿਓ ਤੇ ਆਪਾਂ ਇਹਦਾ ਸ਼ਿਕਾਰ ਗੁਰੂ ਸਾਹਿਬ ਕੋਲੋਂ ਕਰਾਈ ਲਈਏ ਜੀ ਠੀਕ ਹੈ ਜੀ ਚਲੋ ਜੀ ਗੁਰੂ ਉਤਰ ਅੱਗੇ ਹੋਏ ਖਰੇ ਮਹਾਰਾਜ ਉੱਤਰ ਕੇ ਅੱਗੇ ਖਲੋ ਗਏ ਸ਼ੇਰ ਦੇ ਸੇ ਪਰ ਬਾਮ ਕਰ ਡਿਡ ਤਬ ਧਰੇ ਕਿੱਥੇ ਪਰ ਲਲਕਾਰਿਓ ਗੀ ਦੀ ਕਯੋ ਖਰੇਓ ਹਾਂ ਜੀ ਕੈਮ ਪਾਇ ਰੂਪ ਬੋ ਕਰਿਓ ਹਜੂਰ ਮਹਾਰਾਜ ਸਾਹਮਣੇ ਖਲੋ ਗਏ ਤੇ ਸੱਚੇ ਪਾਤਸ਼ਾਹ ਨੇ ਸੱਜੇ ਹੱਥ ਵਿੱਚ ਖੜਗ ਫੜ ਲਈ ਖੱਬੇ ਚ ਢਾਲ ਫੜ ਲਈ ਤੇ ਮਹਾਰਾਜ ਉਹਨੂੰ ਲਲਕਾਰਦੇ ਹੋ ਗਦੇ ਕਿੱਥੇ ਖਲੋਤਾ ਮਹਾਰਾਜ ਕਹਿੰਦੇ ਲਲਕਾਰਿਆ ਅਸਲ ਤੇ ਲਲਕਾਰਨਾ ਵੀ ਜ਼ਰੂਰੀ ਹੈ ਸੂਰਮੇ ਖਹਿ ਕੇ ਚਲਦੇ ਆ ਹਾਂਜੀ ਸੋਨ ਤ ਨਿਕਟ ਪੇਖ ਬੜ ਪਬਕਾਰਿਓ ਗੁਰੂ ਸਾਹਿਬ ਦੀ ਆਵਾਜ਼ ਸੁਣੀ ਉਹ ਬੜਾ ਗੱਦਿਆ ਦੀ ਕੁਸ਼ ਜਿਵੇਂ ਗੱਲਬਾਤ ਹੁੰਦੀ ਆ ਰਹੀ ਇਹਨਾਂ ਦੀ ਹਾਂਜੀ ਖਰੇ ਜੋ ਪਟ ਹੈ ਗਨ ਡਰ ਤਾਰਿਓ ਲਾਗੇ ਜਿੰਨੇ ਸੂਰਮੇ ਨੇੜੇ ਖਲੋਤੇ ਘੋੜਿਆਂ ਤੇ ਸਾਰੇ ਡਰ ਗਏ ਜੀ ਹਾਂਜੀ ਭਾਜੇ ਆਪ ਆਪ ਕੋ ਗਏ ਜਦੋਂ ਮਹਾਰਾਜ ਨੇੜੇ ਹੋਏ ਤੇ ਸ਼ੇਰ ਨੇੜੇ ਨੂੰ ਆਉਂਦਿਆ ਗੱਜਿਆ ਨਾ ਜਿਹੜੇ ਸਿਪਾਹੀ ਸੀ ਉਹ ਭੱਜ ਗਿਆ ਸੇ ਪਾਸੇ ਦੀ ਹਾਂਜੀ ਮੂਤਰ ਪ੍ਰੀਖ ਤਜਤ ਕੋ ਭਏ ਘੋੜਿਆਂ ਦੇ ਥੱਲੇ ਦ ਨਿਕਲ ਗਿਆ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੂਤਰ ਨਿਕਲ ਗਿਆ ਉਹਨਾਂ ਦਾ ਜੀ ਹਾਂਜੀ ਇੱਕ ਬਾਰ ਫਾਂਦ ਕਰ ਆਇਓ ਤੇ ਸ਼ੇਰ ਬਹੁਤ ਤੇਜ਼ੀ ਦੇ ਨਾਲ ਇੱਕੋ ਵਾਰ ਉਹਨੇ ਛਾਲ ਮਾਰੀ ਸਤਿਗੁਰੂ ਗੁਰੂ ਅਰਗੁਵਿੰਦ ਸਾਹਿਬ ਜੀ ਦੇ ਉੱਤੇ ਹਾਂਜੀ ਟੁੰਡ ਪ੍ਰਚੰਡ ਪਸਾਰਤ ਧਾਇਓ ਸਾਧ ਸੰਗਤ ਬੜਾ ਸਰੀਰ ਹੋਣਾ ਪਰਮਾ ਸ਼ੇਰ ਦਾ ਜੀ ਕਈ ਟਨ ਭਾਰ ਹੋਏਗਾ ਉਹਦਾ ਮਾਰਾ ਸੱਟੇ ਪਾਸ਼ਾ ਦੇ ਉੱਤੇ ਆਇਆ ਜੀ ਕਿਉਂ ਕੇਰੀ ਸ਼ੇਰ ਸ਼ੇਰ ਹੈ ਨਾ ਵੱਡਾ ਬੜਾ ਫੈਲਿਆ ਬੜਾ ਹਾਂਜੀ ਦੂਰ ਦੂਰ ਥਿਰ ਪਿਖੇ ਤਮਾਸ਼ਾ ਸਿਪਾਈ ਦੂਰ ਦੂਰ ਖਲੋ ਕੇ ਤਮਾਸ਼ਾ ਹੀ ਵੇਖਦੇ ਆ ਬਸ ਹਾਂਜੀ ਕੇਚਤ ਬਾਜ ਹੋਤ ਹੈ ਪਾਸਾ ਕਈ ਤਾਂ ਸਾਸੰਗ ਘੋੜਿਆਂ ਤੇ ਸਵਾਰ ਹੋ ਕੇ ਲਾਗੇ ਲਾਗੇ ਇੱਕ ਪਾਸੇ ਖਲੋਗੇ ਤੇ ਵੇਖ ਰਹੇ ਪਤਾ ਸਾਰਿਆਂ ਨੂੰ ਵੀ ਮਾਰਾ ਨੇ ਟਟਕਾ ਕਰ ਦੇਣਾ ਇਹਦਾ ਜੀ ਹਾਂਜੀ ਨਜ ਬਲ ਅਖਲ ਕਰੇ ਮੁਖ ਬਾਏ ਕਹਿੰਦੇ ਸ਼ੇਰ ਨੇ ਸਾਰਾ ਹੀ ਆਪਣਾ ਬਲ ਲਾ ਕੇ ਡਾਈ ਮਾਰੀ ਗੁਰੂ ਸਾਹਿਬ ਦੇ ਮੁਖ ਵਾਲੇ ਪਾਸੇ ਦੀ ਹਾਂਜੀ ਚਰਨ ਸਨਖ ਜੁਗ ਉਰਦ ਉਠਾਏ ਤਾਰੇ ਪੈਰ ਉਹਰੇ ਤਾਂ ਨੂੰ ਹੋ ਗਏ ਜੀ ਪੂਰਾ ਉੱਡਿਆ ਜੀ ਹਾਂਜੀ ਉਪਰ ਪਰੇ ਉਹ ਆਨ ਕਰ ਐਸੇ ਹਾਂਜੀ ਤਰੇ ਦਬਾਏ ਉਠੈ ਨਹਿ ਜੈਸੇ ਉਹ ਐਸੇ ਸਾਹਬ ਨਾਲ ਆ ਵੀ ਮੈਂ ਦਬਾ ਲੈਣਾ ਚਪਟ ਲੈਣਾ ਮਹਾਰਾ ਨੂੰ ਤੇ ਮਹਾਰਾ ਜੁੱਠ ਨਹੀਂ ਸਕਦੇ ਹਾਂਜੀ ਸ਼ੇਰ ਉੱਪਰ ਜਦ ਆਵਨ ਲੱਗਾ ਤੇ ਸਾਧ ਸੰਗਤ ਜੀ ਜਦੋਂ ਮਹਾਰਾਜ ਜੀ ਦੇ ਸੀਸ ਵਾਲੇ ਪਾਸੇ ਸ਼ੇਰ ਨੇ ਡਾਈ ਮਾਰੀ ਨਾ ਹਾਂਜੀ ਆੜ ਸੇ ਪਰ ਕੋ ਰੋਕ ਸ ਆਗਾ ਮਹਾਰਾਜ ਜੀ ਨੇ ਉਸੇ ਵੇਲੇ ਢਾਲ ਅੱਗੇ ਕਰ ਲਈ ਜੀ ਢਾਲ ਕਰ ਲਈਏ ਜੋਧਿਆਂ ਦਾ ਕੰਮ ਹੈਗਾ ਸੂਰਮਿਆਂ ਦਾ ਕੰਮ ਹੈਗਾ ਹਾਂਜੀ ਰਹੇ ਉਹ ਓਜ ਕਰ ਅਗਰ ਨਾ ਆਵਾ ਤੇ ਉਹਨੇ ਪੂਰਾ ਜੋਰ ਲਾਇਆ ਤੇ ਇੰਨਾ ਉਹਦਾ ਭਾਰ ਮਹਾਰਾਜ ਨੇ ਇੱਕ ਬਾਹ ਦੇ ਨਾਲ ਹੀ ਰੋਕ ਲਿਆ ਸਾਰਾ ਜੀ ਇੰਨਾ ਭਾਰ ਸ਼ੇਰ ਦਾ ਇੱਕ ਬਾਹ ਨਾਲ ਰੋਕ ਲਿਆ ਮੈਂ ਅੱਗੇ ਬੜੀ ਬੜੀ ਬੇਨਤੀ ਕੀਤੀ ਲੋਕੀ ਬਾਹੂ ਬਲੀ ਵਹਿੰਦੇ ਐ ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਬਾਹਾਂ ਦਾ ਬਲ ਵੇਖ ਲੈਣ ਤੇ ਨਕਲੀ ਭੁੱਲ ਜਾਣ ਸਾਰਿਆਂ ਨੂੰ ਜੀ ਉਹ ਇੱਕ ਹੱਥ ਨਾਲ ਮਹਾਰਾਜ ਨੇ ਰੋਕਿਆ ਜੀ ਹਾਂਜੀ ਢਾਲ ਝੰਜੋਰਨ ਬਦਨ ਚਲਾਵਾ ਹਾਂਜੀ ਤੇ ਚਨ ਗੁਰ ਸ਼ਮਸ਼ੇਰ ਨਿਕਸੀ বাস ਉਸੇ ਵੇਲੇ ਹੀ ਫਿਰ ਮਹਾਰਾਜੀ ਦੇ ਹੱਥ ਵਿੱਚ ਜਿਹੜੀ ਗੁਰੂ ਜੀ ਨੇ ਤਲਵਾਰ ਫੜੀ ਹੈ ਤੀਖਨ ਭੀਖਨ ਚਲ ਚਪਲਾਸੀ ਕਹਿੰਦੇ ਜਿਹੜੇ ਬਿਜਲੀ ਵਾਂਗੂ ਚਮਕ ਰਹੀ ਆ ਤਲਵਾਰ ਹਾਂਜੀ ਰੂਪਿਓ ਪਾਏ ਡਿਡ ਥੰਬ ਸਮਾਨਾ ਹਾਂਜੀ ਨਹੀਂ ਥਾਨ ਤੇ ਚਲੇ ਸੁਜਾਨਾ ਹਾਂਜੀ ਕੋਪ ਗੁਰੂ ਕੇ ਮੁਖ ਪਰ ਛਾਇਓ ਹਾਂਜੀ ਪ੍ਰੇਕੁਟੀ ਨਚਤ ਲਾਲ ਹੋਏ ਆਇਓ ਹਾਂਜੀ ਫਰਕਤ ਅਦਰ ਅਰੁਣ ਦ੍ਰਿਗ ਭਏ ਛੇ ਪਰ ਤਕੇਲਾ ਪੂਰਬ ਦਏ ਹਾਂਜੀ ਘਟ ਤੇ ਘਟ ਕਰ ਦੋਦਰ ਪਰਿਓ ਬਹੁਤ ਤੇਜ਼ੀ ਦੇ ਨਾਲ ਸ਼ੇਰ ਆਇਆ ਜੀ ਬਹੁਤ ਤੇਜ਼ੀ ਨਾਲ ਬਸ ਮਿੰਟ ਸਕਿੰਟ ਹੀ ਲੱਗਦੇ ਜੀ ਮਿੰਟ ਸਕਿੰਟ ਸਕਿੰਟ ਠੀਕ ਹੈ ਮਿੰਟ ਤੇ ਬਹੁਤ ਜ਼ਿਆਦਾ ਜੀ ਕੁਝ ਸਕਿੰਟ ਲੱਗੇ ਹੈ ਮਹਾਰਾਜ ਜੀ ਦੇ ਨੈਤਰ ਉਸੇ ਵੇਲੇ ਲਾਲ ਹੋਏ ਹੈ ਸੱਚੇ ਪਾਤਸ਼ਾਹ ਨੇ ਬਹੁਤ ਤੇਜ਼ੀ ਦੇ ਨਾਲ ਸ੍ਰੀ ਸਾਹਿਬ ਚਲਾਇਆ ਜੀ ਹਾਂ ਜੀ ਕਰਾ ਚੋਲ ਤਰਨੀ ਮਹ ਬਰਿਓ ਕਹਿੰਦੇ ਇੰਨੀ ਤੇਜ਼ੀ ਦੇ ਨਾਲ ਮਹਾਰਾਜ ਜੀ ਨੇ ਉਹ ਸ੍ਰੀ ਸਾਹਿਬ ਚਲਾਈ ਹੈ ਸਾਧ ਸੰਗਤ ਜੀ ਹੱਤ ਵਾਹਿਗੁਰੂ ਸ਼ੇਰ ਦੇ ਦੋ ਟੋਟੇ ਕਰਕੇ ਸ੍ਰੀ ਸਾਹਿਬ ਧਰਤੀ ਦੇ ਵਿੱਚ ਤਸਕੀ ਦੀ ਮਾਦਾ ਜੀ ਜੀ ਧਰਤੀ 'ਚ ਤਸਕੀ ਸ਼ੇਰ ਦੇ ਦੋ ਟੋਟੇ ਹੋ ਗਏ ਜੀ ਕਿਹੜੀ ਸ਼ੇਰ ਦੇ ਤੁਸੀਂ ਅੰਦਾਜ਼ਾ ਲਾਓ ਗੁਰੂ ਆਰ ਗੋਬਿੰਦ ਸਾਹਿਬ ਦੀਆਂ ਬਾਹਾਂ 'ਚ ਕਿੰਨਾ ਬਲ ਹੈ ਜੀ ਹਾਂ ਜੀ ਗਿਰ ਸ਼ੇਰ ਸ਼ਮਸ਼ੇਰ ਨਿਕਾਰੀ ਹਾਂਜੀ ਰਸਤੇ ਬਹੁ ਬਲ ਸੰਗ ਪ੍ਰਹਾਰੀ ਕਹਿੰਦੇ ਪਰ ਇੱਕੋ ਵਾਰ ਹੀ ਮਹਾਰਾਜ ਨੇ ਵਾਰ ਕੀਤਾ ਦੂਜਾ ਵਾਰ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਜੀ ਇੱਕੋ ਵਾਰ ਚ ਹੀ ਦੋ ਟੋਟੇ ਕਰਕੇ ਜ਼ਮੀਨ ਤਰਤੀ ਚ ਤਸ ਦਿੱਤੀ ਮਾਰਨੇ ਜੀ ਇਸ ਤਰ੍ਹਾਂ ਜਦੋਂ ਵਾਰ ਕੀਤਾ ਨਾ ਜੀ ਉਹਦਾ ਪੇਟ ਤਾਂ ਬੋਲਾ ਪਰ ਰੀੜ ਦੀ ਹੱਡੀ ਤਾਂ ਸਖਤ ਹੈ ਨਾ ਜੀ ਜਿਹੜਾ ਲਾਕਾ ਉਹ ਤਾਂ ਸਖਤ ਹੈ ਨਾ ਜੀ ਪਰ ਮਾਰ ਨੇ ਸਭ ਕੱਟ ਦਿੱਤਾ ਜੀ ਹਾਂਜੀ ਵਿਖ ਸਿਖਨ ਮਨ ਮਾਨ ਅਚੰਪਾ ਗੁਰੂ ਕੇ ਸਿਖ ਵੇਖ ਕੇ ਹੈਰਾਨ ਹੋ ਗਏ ਜੀ ਹਾਂਜੀ ਕਟਿਓ ਬਟਪ ਜੇ ਮ ਕਟੈ ਰੰਬਾ ਕਹਿੰਦੇ ਜਿਵੇਂ ਕੇਲੇ ਦਾ ਬੂਟਾ ਨਾ ਕਮਜ਼ੋਰ ਜਿਆ ਹੁੰਦਾ ਜਿਵੇਂ ਕੇਲੇ ਦਾ ਬੂਟਾ ਪੁੱਟ ਕੱਟ ਦਈਦਾ ਮਾਲਾ ਨੇ ਤੇ ਸ਼ੇਰਾਂ ਕੱਟ ਸੁਟਿਆ ਹਾਂਜੀ ਗੁਰ ਕਰਤੇ ਮਰ ਸੁਰਗ ਪਧਾਰਾ ਵਾਹ ਜੀ ਵਾਹ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥੋਂ ਮਰਿਆ ਝਟਕਾ ਹੋਇਆ ਕਹਿੰਦੇ ਸਵਰਗਾਂ ਨੂੰ ਗਿਆ ਜੀ ਫਿਰ ਜੀ ਹਾਂਜੀ ਹੈ ਪਰ ਆਪ ਭਏ ਅਸਵਾਰਾ ਮਹਾਰਾਜ ਗਰੀਬ ਨਵਾਜ਼ ਆਪ ਘੋੜੇ ਤੇ ਅਸਵਾਰ ਹੋ ਗਏ ਅਗੋਂ ਕਥਾ ਕੱਲ ਨੂੰ ਸਰਵਣ ਕਰਾਂਗੇ ਅੱਜ ਮੁੱਖ ਮਸਲਾ ਹੀ ਵੀ ਸ਼ੇਰ ਦਾ ਸ਼ਿਕਾਰ ਹੋ ਜਾਏ ਤੇ ਉਹ ਮਹਾਰਾਜ ਜੀ ਨੇ ਕਰ ਦਿੱਤਾ ਜੀ ਉਹ ਬੰਦਾ ਬੜਾ ਖੁਸ਼ ਹੋਇਆ ਜੀ ਜਿਹਦੀਆਂ گاਵਾ ਉਹਨੇ ਮਾਰੀਆਂ ਸੀ ਨਾ ਜੀ ਉਹ ਬੜਾ ਖੁਸ਼ ਹੋਇਆ ਪਰ ਡਰਦੇ ਇੰਨਾ ਹੀ ਸਾਰੇ ਵੀ ਮਰੇ ਹੋਏ ਤੇ ਲੱਗੇ ਨਹੀਂ ਕੋਈ ਜਾਂਦਾ ਜੀ ਡਰਦੇ ਇੰਨਾ ਹੀ ਗਾ ਜੀ ਸਾਰੇ ਸੋ ਇੱਡੇ ਵੱਡੇ ਆ ਇਹਨੂੰ ਭਾਈ ਗੁਰਦਾਸ ਜੀ ਕਹਿੰਦੇ ਦਲ ਭੰਜਨ ਗੁਰ ਸੂਰਮਾ ਦਲ ਭੰਜਨ ਗੁਰ ਸੂਰਮਾ ਦਲ ਭੰਜਨ ਗੁਰ ਸੂਰਮਾ ਦਲ ਭੰਜਨ ਗੁਰ ਸੂਰਮਾ ਵਡ ਜੋਦਾ ਬਹੁਤ ਪਾਰਿ ਉਪਕਾਰੀ ਵਡ ਜੋਦਾ ਬਹੁਤ ਪਾਰਿ ਉਪਕਾਰੀ ਦਲ ਭੰਜਨ ਗੁਰ ਸੂਰਮਾ ਵਡ ਜੋਦਾ ਬਹੁਤ ਪਾਰਿ ਉਪਕਾਰੀ ਐਸੇ ਸਾਡੇ ਦਿਆਲੂ ਕਿਰਪਾਲੂ ਸੱਚੇ ਪਾਤਸ਼ਾਹ ਉਹਦਾ ਵੀ ਭਲਾ ਕੀਤਾ ਕੋਈ ਪਿਛਲੇ ਜਨਮ ਦਾ ਸੰਜੋਗ ਹੋਏਗਾ ਜਿਹੜਾ ਸਤਗੁਰਾਂ ਦੇ ਹੱਥੋਂ ਮਰਿਆ ਹੈ ਜੀ ਅਗੋਂ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ ਸਾਡੇ ਸਤਕਾਰਯੋਗ ਭਾਈ ਸੰਤੋਖ ਸਿੰਘ ਜੀ ਤੇ ਬੀਬੀ ਮਹਿੰਦਰ ਕੌਰ ਜੀ ਇਹ ਮੈਂ ਕੁਦਰਤੀ ਘੇਰ ਕੇ ਜਾ ਕੇ ਆਇਆ ਜੀ ਇਹਨਾਂ ਨੂੰ ਹਾਂਜੀ ਇਹ ਬਾਤ ਮਿਲੇ ਸੀਗੇ ਪਰਸੋਂ ਜੀ ਤੇ ਇੱਛਾ ਤੇ ਸੀ ਇਹਨਾਂ ਦੇ ਆਉਣ ਦੀ ਹਾਂਜੀ ਪਰ ਸਮਾਂ ਨਹੀਂ ਬਣ ਪਾਇਆ ਤੋ ਫਿਰ ਅੱਜ ਸਵੇਰੇ ਵਿਆਹ ਤੇ ਦਰਸ਼ਨ ਕੀਤੇ ਪੈਣਾ ਇਨਾਂ ਦੇ ਫਿਰ ਇਹਨਾਂ ਦਾ ਫੁਰਨਾ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰਾ ਕੀਤਾ ਸੰਗਤ ਰਚਾਏ ਬਹੁਤ ਬਹੁਤ ਜੀਆਂ ਆਏ ਬਹੁਤ ਬਹੁਤ ਜੀਆਂ ਆਏ ਗੁਰੂ ਸਾਹਿਬ ਮੇਹਰ ਕਰਨ ਕਿ ਮੈਨੂੰ ਦੱਸ ਰਹੇ ਸੀ ਉੱਥੇ ਵਿਦੇਸ਼ 'ਚ ਜਿਸ ਗੁਰੂ ਘਰ ਜਾਂਦੇ ਰਣਕੇ ਸਿੰਘਾਂ ਨੇ ਗੁਰਦੁਆਰਾ ਬਣਾਇਆ ਉੱਥੇ ਗੋਲਕ ਨਹੀਂ ਰੱਖੀਦੀ ਇਹਨਾਂ ਨੇ ਜੀ ਵਾਸੇ ਜਿਹਨੇ ਮਾਇਆ ਜਿਹੜਾ ਮਰਜ਼ੀ ਅੱਗੇ ਰੱਖਦੇ ਤੇ ਚੁੱਕਣ ਵਾਲੇ ਵੀ ਆ ਜਾਂਦੇ ਨੇ ਤੇ ਉਹਨੂੰ ਵੀ ਨਹੀਂ ਕੋਈ ਕਹਿੰਦੇ ਮਹਾਰਾਜ ਮਿਹਰ ਕਰਨ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਿਆਰ ਨਾਲ ਗੱਜ ਕੇ ਸਾਰੀਆਂ ਸੰਗਤਾਂ ਫਤਿਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ